ਕੋਈ ਵੀ ਲੁੱਕ ਕੇ ਰਹਿ ਨਹੀਂ ਸਕਦਾ ਸਮੇ ਦੇ ਪਾਣੀ ਲੈ ਜਾਂਦੇ ਨੇ ਜਿੰਨਾ ਮਰਜੀ ਸਾਂਭ ਕੇ ਰੱਖੋ ਰੇਤੇ ਦੇ ਘਰ ਟਹਿ ਜਾਂਦੇ ਨੇ ਹੂੰ ਹੂੰ ਕੁੱਤਿਆਂ ਦਾ ਹੁਣ ਡਰ ਨਹੀਂ ਕੋਈ ਹਾਕਮ ਵੀ ਹੁਣ ਪੈ ਜਾਂਦੇ ਨੇ ਸਿਲੇਬਸ ਦੇ ਵਿੱਚ ਸਿਲੇਬਸ ਨੂੰ ਪੜ੍ਹਨਾ ਮੈਨੂੰ ਬਿਲਕੁਲ ਚੰਗਾ ਨਹੀਂ ਸੀ ਲੱਗਦਾ ਇਹ ਦੇ ਕਰਕੇ ਮੈਨੂੰ ਲੱਗਾ ਕਿ ਪੜ੍ਹਾਈ ਤਾਂ ਜ਼ਰੂਰੀ ਆ ਕਿਉਂਕਿ ਇਲਮ ਔਰ ਅਕਲ ਰਲ ਕੇ ਜਦ ਚੱਲਦੇ ਆ ਤਾਂ ਫਿਰ ਜ਼ਿਆਦਾ ਜ਼ਿੰਦਗੀ ਖੂਬਸੂਰਤ ਹੋ ਜਾਂਦੀ ਹੈ ਇਸ ਕਰਕੇ ਮੈਂ ਹਮੇਸ਼ਾ ਹੀ ਆਪਣੀ ਪਸੰਦ ਦੀਆਂ ਕਿਤਾਬਾਂ ਪੜ੍ਹੀਆਂ ਮੈਂ ਸਵੇਰ ਉੱਠਦਾ ਤੇ ਜਿੰਨਾ ਚਿਹਰਾ ਵੇਖਦਾ ਮੈਨੂੰ ਚੰਗਾ ਲੱਗਦਾ ਕਿ ਕੋਈ ਮੇਰੇ ਨਾਲ ਹੈ ਜਿਹੜਾ ਮੈਨੂੰ ਸਮਝਦਾ ਹੈ ਬਾਬਾ ਜੀ ਇਹ ਮੈਨੂੰ ਕਹਿੰਦੇ ਆ ਮੈਂ ਵੀ ਇਹਨਾਂ ਨੂੰ ਬਾਬਾ ਜੀ ਕਹਿੰਦਾ ਲੋਕ ਹੀ ਹੈਰਾਨ ਹੁੰਦੇ ਯਾਰ ਤੁਸੀਂ ਬਾਬਾ ਜੀ ਕਹਿੰਦੇ ਹੋ ਤੁਸੀਂ ਮੈਂ ਕਿਹਾ ਸਾਡੀ ਜ਼ਿੰਦਗੀ ਵਾਹ ਵਾਹੀ ਹੈ ਇਸ ਕਰਕੇ ਬਾਬਾ ਜੀ ਬਾਬਾ ਜੀ ਤੇ ਸਾਡੀ ਮੈਰਿਜ ਹੋਈ ਸੀ ਪਰ ਅਨਫੋਰਚੂਨੇਟਲੀ ਵੀ ਨਾਟ ਅਡਜਸਟ ਸੋ ਵੀ ਡਾਈਵੋਰਸ ਨਹੀਂ ਨਹੀਂ ਉਹ ਹੋ ਕੋਚ ਨਹੀਂ ਉਹ ਕੋਚ ਨਹੀਂ ਮੇਰੇ ਤੇ ਡਰਾਮਾ ਬਹੁਤ ਚੱ ਰਿਆ ਨਾ ਤੇ ਡਰਾਮਾ ਰਿਸ਼ਤੇ ਜਿੰਦੀ ਛੇਤੀ ਵੱਢ ਰਹੇ 19 ਛੇਤੀ ਉਹਨਾਂ ਦਾ ਭੋਗ ਵੀ ਪੈ ਰਿਆ ਪੇਰੈਂਟਸ ਨੂੰ ਮੈਂ ਆਪਦੇ ਨੂੰ ਸਲੂਟ ਕਰਦਾ ਕਿ ਉਹਨਾਂ ਨੇ ਹਰ ਘੜੀ ਹਰ ਮੌਕੇ ਮੇਰਾ ਸਾਥ हां ਉਹਨਾਂ ਨੂੰ ਜੋ ਸਮਝਾਉਣ ਦਾ ਫਰਜ਼ ਸੀ ਉਹਨਾਂ ਨੇ ਮੈਨੂੰ ਸਮਝਾਇਆ ਮੈਂ ਇਹਨਾਂ ਦੇ ਮੂਰੇ ਵੀ ਕਹਿਣਾ ਕਿ ਉਹਨਾਂ ਨੇ ਮੈਨੂੰ ਰੋਕਿਆ ਸੀ ਉਹਦਾ ਵੀ ਇੱਕ ਕਾਰਨ ਹੈ ਉਹ ਕਾਰਨ ਵੀ ਮੈਂ ਸਮਝਦਾ ਕਿ ਉਹ ਕੀ ਕਿਉਂ ਰੋਕਿਆ ਉਹਨਾਂ ਨੇ ਹਨਾ ਪਰ ਜਦ ਉਹਨਾਂ ਨੇ ਇਹਨਾਂ ਨਾਲ ਗੱਲ ਕੀਤੀ ਤੁਹਾਨੂੰ ਅੱਜ ਵਦਿਆ ਨੇ ਮੇਰੇ ਪੱਖ ਤੇ ਵਿੱਚ ਤਾਂ ਮੈਨੂੰ ਮਤਲਬ ਕੀ ਕਹਿੰਦੇ ਵੀ ਮੇਰੇ ਲਈ ਤਾਂ ਇਹ ਸਾਰਾ ਕੁਝ ਚਮਤਕਾਰ ਤੋਂ ਘੱਟ ਨਹੀਂ ਹੈ ਤੇ ਜਿੰਨਾ ਮੇਰਾ ਇਹ ਖਿਆਲ ਰੱਖਦੇ ਆ ਉਹਨਾਂ ਮੈਨੂੰ ਲੱਗਦਾ ਨਹੀਂ ਵੀ ਕੋਈ ਰੱਖ ਵੀ ਸਕਦਾ ਏ ਨਾਂ ਵਾਸਤੇ ਲਿਖਿਆ ਸੀ ਹੂੰ ਉਸ ਦੀ ਅੱਖ ਵਿੱਚ ਖਬਰੇ ਕਿਹੜਾ ਮੌਸਮ ਹੈ ਹਾਂ ਮਿੱਟੀ ਮੇਰੀ ਮਹਿਕਾ ਵੰਡਣ ਲੱਗਦੀ ਹੈ ਕੀ ਬਾਤ ਹੈ ਵਾਹ ਜੀ ਵਾਹ ਤੇਰਾ ਦਰ ਹਮੇਸ਼ਾ ਝੁਕ ਝੁਕ ਕੇ ਲੰਗੀਏ ਆਕੜ ਕੇ ਅੰਦਰ ਤਾਂ ਵੜਿਆ ਨਹੀਂ ਜਾਂਦਾ ਕਿਰਪਾ ਜਿਨ੍ਹਾਂ ਤੇ ਉਹ ਡਟ ਕੇ ਖੜੇ ਨੇ ਨਹੀਂ ਹੱਕ ਸੱਚ ਲਈ ਤਾਂ ਲੜਿਆ ਨਹੀਂ ਜਾਂਦਾ ਵੱਡੇ ਤੋਂ ਵੱਡੇ ਨੇ ਸੋਚਾਂ ਦੇ ਸਾਂਚੇ ਵੱਡੇ ਤੋਂ ਵੱਡੇ ਨੇ ਸੋਚਾਂ ਦੇ ਸਾਂਚੇ ਉਹ ਵੱਡਾ ਹੈ ਐਨਾ ਕਿ ਜੜਿਆ ਨਹੀਂ ਜਾਂਦਾ ਖਿਆਲ ਹੀ ਉਹਦਾ ਸੁਖਮ ਹੈ ਐਨਾ ਮਹਿਕਾਂ ਦੇ ਵਾਂਗੂ ਫੜਿਆ ਨਹੀਂ ਜਾਂਦਾ ਬਸ ਨਿਰੀ ਕੋਸ਼ਿਸ਼ ਹੈ ਤੇਰੇ ਤੇ ਕੁਛ ਨਹੀਂ ਬਸ ਨਿਰੀ ਕੋਸ਼ਿਸ਼ ਹੈ ਹੋਰ ਤੇ ਕੁਛ ਨਹੀਂ ਉਹ ਲਿਖਿਆ ਨਹੀਂ ਜਾਂਦਾ ਉਹ ਪੜਿਆ ਨਹੀਂ ਜਾਂਦਾ ਦੋਸਤੋ ਬਾਤ ਨਹੀਂ ਹੋਏ ਵੀ ਇਹੋ ਇੱਕ ਕਵਿਤਾ ਮੈਥਨ ਸੁਣਾਈ ਹੈ ਇੱਕ ਕੁੜੀ ਯਾਰ ਰਾਜਕੌਰ ਉਸਨੇ ਇੱਕ ਕਵਿਤਾਵਾਂ ਲਿਖੀ ਵੀ ਆ ਮੈਂ ਉਹ ਰ ਡੈਰੀ ਦੇ ਵਿੱਚ ਤੇ ਪੜ ਰਿਹਾ ਔਰ ਉਸੇ ਕੀ ਇਹ ਕਿਤਾਬ ਹੈ ਮੇਰੇ ਪਾਸ ਸਹਰਾਣੇ ਪਏ ਸੁਫਨੇ ਸਭ ਬਹੁਤ ਸਾਰੀਆਂ ਉਸਨੇ ਕਹਾਣੀਆਂ ਵੀ ਲਿਖੀਆਂ ਪਰ ਉਸकी ਆਪਣੀ ਜ਼ਿੰਦਗੀ ਕਹਾਣੀ ਵੀ ਇੰਨੀ ਕਮਾਲ ਹੈ ਕਿ ਬੰਦਾ ਸੋਚਾ ਵੀ ਯਾਰ ਕੀ ਬਾਤ ਹੈ ਸੋ ਉਸ ਕਹਾਣੀ ਦੇ ਵਿੱਚ ਇਸ ਤਰ੍ਹਾਂ ਹੈ ਵੀ ਇਸ ਕੀ ਆਪਣੀ ਜ਼ਿੰਦਗੀ ਦੀ ਕਹਾਣੀ ਮੈਂ ਉਸਨੇ ਇੱਕ ਹੋਰ ਪਾਤਰ ਮਿਲਿਆ ਤੇ ਜ਼ਿੰਦਗੀ ਕਹਾਣੀ ਦੇ ਵਿੱਚ ਰੰਗ ਬਦਲਦੇ ਚਲੇ ਗਏ ਤੇ ਅੱਜ ਉਹਨਾਂ ਰੰਗਾਂ ਦੇ ਵਿੱਚ ਆਪਾਂ ਵੀ ਗੋਤਾ ਲਾ ਕੇ ਦੇਖਾਂਗੇ ਵੀ ਉਹ ਰੰਗ ਕਿੰਨੇ ਕੁ ਗੂੜੇ ਆ ਸੋ ਮੇਰੀ ਗੱਲ ਰਾਜਕੌਰ ਬਾਈ ਗੁਰਪ੍ਰੀਤ ਸਿੰਘ ਬਾਈ ਜੀ ਸਤਿ ਸ੍ਰੀ ਅਕਾਲ ਦਾ ਬਣੀ ਪਹਿਲਾਂ ਹੋ ਚੁੱਕੀ ਕਹਾਣੀ ਲੋੜ ਨਹੀਂ ਸੋ ਮੈਂ ਅੱਜ ਥਾਰੇ ਪਾਇਆ ਤਾਂ ਮੈਂ ਕਿਹਾ ਚਲੋ ਅੱਜ ਥਾਰੀ ਕਹਾਣੀ ਵੀ ਸੁਣਾਵਾਂ ਬੜੀ ਕਮਾਲ ਹੈ ਰਾਜਕੌਰ ਜੀ ਤੇ ਸ਼ੁਰੂ ਕਰਾਂ। ਤੁਹਾਨੂੰ ਜ਼ਿੰਦਗੀ ਵਿੱਚ ਕਵਤਾਵਾਂ ਮਿਲੀਆਂ, ਕਹਾਣੀਆਂ ਮਿਲੀਆਂ। ਤੁਹਾਡੀ ਆਪਣੀ ਕਹਾਣੀ ਬੜੀ ਕਮਾਲ ਹੈ। ਹਾਂਜੀ, ਬਿਲਕੁਲ। ਕਿਸ ਤਰ੍ਹਾਂ ਲਗਾ ਸਾਰਾ ਕੁਝ? ਬਿਲਕੁਲ ਜੀ ਬਹੁਤ ਵਧੀਆ। ਅੱਛਾ, ਲਿਖਣ ਕਾਤੇ ਲੱਗੇ ਤੇ? ਮੈਂ 6ਵੀਂ ਜਮਾਤ ਤੋਂ ਲਿਖਦੀ ਸੀ। 6ਵੀਂ ਜਮਾਤ ਦੇ ਵਿੱਚ ਮੇਰੇ ਮਨ ਚ ਆਇਆ ਕਿ ਮੈਨੂੰ ਲਿਖਣਾ ਚਾਹੀਦਾ। ਅੱਛਾ। ਹਾਂਜੀ। ਪਹਿਲਾਂ ਤੁਸੀਂ ਮੇਰੇ ਬਾਤ ਕਰ ਰਹੇ ਤੇ ਇਹ ਕਹਿੰਦੇ ਵੀ ਬਸ ਮੈਨੂੰ ਪੜ੍ਹਨਾ ਚੰਗਾ ਨਹੀਂ ਲੱਗਦਾ ਤਾਂ ਵੀ ਪੜ੍ਹਨੇ ਗਲ ਮਨ ਲੱਗਦਾ ਤੇ ਪੜ੍ਹਨ ਦੀ ਲੋੜ ਨਹੀਂ ਵੀ ਬਿਨਾ ਸਿਲੇਬਸ ਤੋਂ ਬਾਹਰ ਪੜ੍ਹਿਆ ਜਾਵੇ। ਹਾਂਜੀ ਬਿਲਕੁਲ ਸਿਲੇਬਸ ਦੇ ਵਿੱਚ ਸਿਲੇਬਸ ਨੂੰ ਪੜ੍ਹਨਾ ਮੈਨੂੰ ਬਿਲਕੁਲ ਚੰਗਾ ਨਹੀਂ ਸੀ ਲੱਗਦਾ ਇਹਦੇ ਕਰਕੇ ਮੈਨੂੰ ਲੱਗਾ ਕਿ ਪੜ੍ਹਾਈ ਤਾਂ ਜ਼ਰੂਰੀ ਆ ਕਿਉਂਕਿ ਇਲਮ ਔਰ ਅਕਲ ਰਲ ਕੇ ਜਦ ਚੱਲਦੇ ਆ ਤਾਂ ਫਿਰ ਜ਼ਿਆਦਾ ਜ਼ਿੰਦਗੀ ਖੂਬਸੂਰਤ ਹੋ ਜਾਂਦੀ ਹੈ ਇਸ ਕਰਕੇ ਮੈਂ ਹਮੇਸ਼ਾ ਹੀ ਆਪਣੀ ਪਸੰਦ ਦੀਆਂ ਕਿਤਾਬਾਂ ਪੜ੍ਹਿਆ। ਹਾਂ ਨਾ ਕਿ ਉਹ ਪੜ੍ਹਿਆ ਜੋ ਮੈਨੂੰ ਮਤਲਬ ਪੜਾਣੀਆਂ ਚਾਹੁੰਦੇ ਸੀ ਹਾਂਜੀ ਅਜੇ ਕਹਾਣੀਆਂ ਦੀ ਕਿਤਾਬ ਥਾਨੇ ਲਿਖੀ ਹੈ ਥਾਰੀ ਆਪਣੀ ਕਹਾਣੀ ਜਿਸ ਤਰ੍ਹਾਂ ਬਾਤ ਕਰ ਰਹਾ ਤਾਂ ਬੜੀ ਕਮਾਲ ਹੈ ਥਾਰੀ ਕਹਾਣੀ ਜਿੰਦਗੀ ਕਹਾਣੀ ਦੇ ਵਿੱਚ ਗੁਰਪ੍ਰੀਤ ਸਿੰਘ ਪ੍ਰਗਟ ਹੋਏ ਹਾਂਜੀ ਕਹਿੰਦੇ ਨੇ ਵੀ ਉਹ ਕੋਈ ਕਹਾਣੀ ਚੱਲ ਰਹੀ ਹੈ ਤੇ ਬੰਦੇ ਦੇ ਦਿਮਾਗ ਵਿੱਚ ਕੋਈ ਪਾਤਰ ਪੈਦਾ ਹੋ ਜਾਵੇ ਕਿ ਮੇਰਾ ਅਸਲੀ ਜ਼ਿੰਦਗੀ ਦੀ ਕਹਾਣੀ ਦੇ ਵਿੱਚ ਵੀ ਪਾਤਰ ਆਣ ਲੱਗ ਜਾ ਹਾਂਜੀ ਸੋ ਇਹ ਤੁਹਾਨੂੰ ਕਿਸ ਤਰ੍ਹਾਂ ਉਹ ਬੜੀ ਕਮਾਲ ਦੀ ਕਹਾਣੀ ਹੈ ਵੀ ਥਮੇ ਫਿਰ ਇੱਕ ਹੋਗੇ ਕਹਾਣੀ ਜਿਹੜੀ ਪੂਰੀ ਹੋਗੀ ਹਾਂ ਉਹਦੇ ਬਾਰੇ ਗੁਰਪ੍ਰੀਤ ਸਿੰਘ ਜੀ ਥਮੇ ਸੁਣਾਓ ਕੁਝ ਮੈਂ ਤਾਂ ਹੁਣ ਇਹੀ ਗੱਲ ਕਹੂੰਗਾ ਕਿ ਇਹ ਮਹਾਰਾਜ ਨੇ ਸੰਜੋਗ ਬਣਾਇਆ ਜੋ ਵੀ ਹੈ ਅਸੀਂ ਮਿਲੇ ਇੱਕ ਦੂਜੇ ਨੂੰ ਜਾਣਿਆ ਜਾਣ ਕੇ ਲੱਗਿਆ ਕਿ ਹਾਂ ਅਸੀਂ ਇਕੱਠੇ ਚੱਲ ਸਕਦੇ ਹਾਂ ਇਹਦੇ ਵਿੱਚ ਸਾਨੂੰ ਕੁਝ ਅਰchnਾ ਵੀ ਆਈਆਂ ਸਮਾਜ ਵੱਲੋਂ ਸਾਡੇ ਪੇਰੈਂਟਸ ਨੇ ਸਾਥ ਵੀ ਦਿੱਤਾ ਉਹ ਵੀ ਆਪਣੀ ਜਗ੍ਹਾ ਠੀਕ ਨੇ ਜੋ ਉਹਨਾਂ ਨੇ ਗੱਲਾਂ ਕੀਤੀਆਂ ਪਰ ਆਖਰਕਾਰ ਕਹਿੰਦੇ ਮਾਂ-ਬਾਪ ਜਿਹੜੇ ਆ ਉਹ ਬੱਚਿਆਂ ਦਾ ਸਾਥ ਦਿੰਦੇ ਨੇ ਉਹਨਾਂ ਨੇ ਵੇਖਿਆ ਕਿ ਬੱਚਾ ਜਿਹੜਾ ਹੈ ਉਹ ਸੱਚਮੁੱਚ ਹੀ ਨਾਲ ਹੈ ਕਿਸੇ ਦੇ ਉਹ ਉਹਨਾਂ ਨੇ ਮੇਰੀ ਸਚਾਈ ਵੇਖੀ ਤੇ ਮੇਰਾ ਸਾਥ ਦਿੱਤਾ ਤੇ ਅੱਜ ਅਸੀਂ ਨਾਲ ਆ ਤੁਹਾਨੂੰ ਨਹੀਂ ਥਾਨਾ ਦਾ ਨਾ ਬੜੀ ਛੇਤੀ ਖਤਮ ਕਰ ਦਿਆ ਕਹਿੰਦਾ ਮੀਆ ਕਹਿੰਦੇ ਕਾ ਉਹ ਕਹਿ ਕਰਦੇ ਕਹਿੰਦਾ ਵੀ ਯਾਰ ਕੱਲ੍ਹ ਕੀ ਕਰਿਆ ਤਾਂ ਕਹਿੰਦਾ ਕੱਲ੍ਹ ਕੁਝ ਨਹੀਂ ਕਰਿਆ ਵੀ ਸਵੇਰੇ ਉੱਠੇ ਤੇ ਬਚਾ ਵੀ ਫਿਰ ਮੈਂ ਖੇਤਾਂ ਵਿੱਚ ਚਲੇ ਗਿਆ ਰੋਟੀ ਖਾ ਲਈ ਕਹਿੰਦਾ ਸਾਂਝੋ ਵੀ ਕਹਿੰਦਾ ਸੋ ਗਏ ਮੈਂ ਕਿਹਾ ਯਾਰ 12 ਘੰਟੇ ਤੇ ਇਹ ਤਾਂ ਕੰਮ ਚਾਰ ਹੋਏ ਨੇ ਸਾਰੇ ਤਾਂ ਮੈਂ ਮਤਲਬ ਕਿ ਮੈਂ ਜਾਣਨਾ ਚਾਹਾਂ ਵੀ ਥੋੜਾ ਜਿਹਾ ਲੜੀਵਾਰ ਆ ਮੈਂ ਆਪਾਂ ਹਾਂ ਵੀ ਤੁਹਾਨੂੰ ਕਿਸ ਤਰ੍ਹਾਂ ਪਹਿਲਾਂ ਫਿਰ ਸਾਰੇ ਦਿਮਾਗ ਵਿੱਚ ਖਿਆਲ ਕਿਸ ਤਰ੍ਹਾਂ ਆਇਆ ਕਿਉਂਕਿ ਦੇਖੋ ਉਹ ਤਾਂ ਗੱਲ ਆਪਾਂ ਕਹਿਣਾ ਚਾਹਾਂਗਾ ਵੀ ਇਹਨਾਂ ਨੂੰ ਬਚਪਨ ਤੇ ਰਾਜਪੌਰ ਜੀ ਇਹਨਾਂ ਨੇ ਜੇ ਸਮੱਸਿਆ ਬਚਪਨ ਦੇ ਬਾਅਦ ਹੋਈ ਸ਼ਾਇਦ ਹਾਂਜੀ ਤੇ ਉਹ ਵੀ ਸ਼ਾਇਦ ਦੱਸਾਂਗੇ ਤੁਮੇ ਕਿਸ ਤਰ੍ਹਾਂ ਮਤਲਬ ਕਿ ਸੋਚਿਆ ਵੀ ਇਹਨਾਂ ਨੂੰ ਜ਼ਿੰਦਗੀ ਦੇ ਵਿੱਚ ਜੋੜਿਆ ਜਾਵੇ ਮੇਰਾ ਖਿਆਲ ਸ਼ੁਰੂ ਤੋਂ ਹੀ ਰਿਹਾ ਕਿ ਮੈਂ ਵਿਆਹ ਨਹੀਂ ਕਰਾਉਂਗਾ ਮੈਂ ਘਰ ਦੇ ਨੂੰ ਕਹਿੰਦਾ ਰਿਹਾ ਵੀ ਯਾਰ ਇਹ ਤਾਂ ਇਹ ਕੋਈ ਲੋੜ ਨਹੀਂ ਮੈਂ ਨਾ ਸੁਖਪ੍ਰੀਤ ਸਿੰਘ ਆਰਟਿਸਟ ਹੈ ਮੈਂ ਮੈਂ ਵੀ ਇਹ ਬਾਤ ਕਹੀ ਕਹਿੰਦਾ ਮਜੀਸ ਯਾਰ ਕੋਈ ਨਹੀਂ ਇਹ ਕਹਿੰਦਾ ਹੋ ਚੁੱਕਿਆ ਹੁਣ ਇਹ ਹਰੇ ਕਹਿੰਦਾ ਦੀ ਗੱਲ ਮੇਰਾ ਸੋਲਿਡ ਸੀਗਾ ਕਿ ਮੈਂ ਯਾਰ ਇਹ ਵਿਆਹ ਨਹੀਂ ਕਰਾਉਣਾ ਆਪਾਂ ਕੋਈ ਚੰਗੇ ਕਰਮਾਂ ਚ ਲੋਕ ਦੁਨੀਆ ਵਿਆਹ ਕਰਾਉਂਦੀ ਫਿਰਦੀ ਹੈ ਪਾਪੂਲੇਸ਼ਨ ਪਹਿਲਾਂ ਬਹੁਤ ਹੈ ਇਹ ਠੀਕ ਹੈ ਆਪਾਂ ਦੇ ਭਾਈ ਆਪਾਂ ਮੇਰੇ ਦੋ ਛੋਟੇ ਭਰਾ ਨੇ ਤੇ ਠੀਕ ਹੈ ਉਹਨਾਂ ਦਾ ਘਰ ਚ ਆ ਪੂਰਾ ਕਰਨਗੇ ਘਰ ਦੇ ਠੀਕ ਹੈ ਪਰ ਜਦ ਇਹ ਜ਼ਿੰਦਗੀ ਚ ਆਏ ਮੈਨੂੰ ਲੱਗਿਆ ਕਿ ਨਹੀਂ ਜ਼ਿੰਦਗੀ ਜ਼ਰੂਰੀ ਨਹੀਂ ਹੈ ਕਿ ਆਦਮੀ ਲੋਕ ਕਹਿੰਦੇ ਆ ਕਿ ਵਿਆਹ ਤੋਂ ਬਾਅਦ ਬਦਲ ਜਾਂਦਾ ਪਰ ਮੇਰੀ ਜ਼ਿੰਦਗੀ ਸੇਮ ਹੀ ਹੈ ਬਿਹਤਰ ਹੋਈ ਹੈ ਹਲਕੇ ਅੱਗੇ ਨਾਲ ਹੈਨਾ ਮੈਂ ਸਵੇਰ ਉੱਠਦਾ ਤੇ ਜਿਹਨਾਂ ਚਿਹਰਾ ਵੇਖਦਾ ਮੈਨੂੰ ਚੰਗਾ ਲੱਗਦਾ ਕਿ ਕੋਈ ਮੇਰੇ ਨਾਲ ਹੈ ਜਿਹੜਾ ਮੈਨੂੰ ਸਮਝਦਾ ਜਿਹਦਾ ਮੈਨੂੰ ਪਤਾ ਹੈ ਕਿ ਜਦ ਮੈਂ ਬੁਢਾਪੇ 'ਚ ਵੀ ਹੋਣਾ ਨਾ ਸਾਡਾ ਇਦਾਂ ਹੀ ਹੋਣਾ ਬਾਬਾ ਜੀ ਇਹ ਮੈਨੂੰ ਕਹਿੰਦੇ ਆ ਮੈਂ ਵੀ ਉਹਨਾਂ ਨੂੰ ਬਾਬਾ ਜੀ ਕਹਿੰਦਾ ਲੋਕਾਂ 'ਚ ਹੈਰਾਨ ਹੋ ਨੇ ਯਾਰ ਤੂੰ ਬਾਬਾ ਜੀ ਕਹਿੰਦਾ ਮੈਂ ਕਿਹਾ ਸਾਡੀ ਜ਼ਿੰਦਗੀ ਵਾਹ ਵਾਹੀ ਹੈ ਇਸ ਕਰਕੇ ਬਾਬਾ ਜੀ ਬਾਬਾ ਜੀ ਨਹੀਂ ਉਹ ਕੰਮ ਤਾਂ ਨਹੀਂ ਹੋਵੇਗਾ ਕਿ ਜਿਸ ਤਰ੍ਹਾਂ ਪਹਿਲਾਂ ਮੈਂ ਬਾਤ ਕਰ ਰਿਹਾ 50 ਪੀਰੇ ਤੇ ਏ ਸਾਡੀ ਮੈਰਿਜ ਹੋਈ ਸੀ ਪਰ ਅਨਫੋਰਚੂਨੇਟਲੀ ਵੀ ਨਾਟ ਅਡਜਸਟ ਸੋ ਵੀ ਆ ਡਾਈਵੋਰਸ ਨਹੀਂ ਨਹੀਂ ਉਹ ਉਹ ਕੁਝ ਨਹੀਂ ਉਹ ਕੁਝ ਨਹੀਂ ਮੇਰੇ ਤੇ ਡਰਾਮਾ ਬਹੁਤ ਚੱਲ ਰਿਹਾ ਨਾ ਰਿਸ਼ਤੇ ਜਿੰਨੀ ਛੇਤੀ ਮੜ ਰਹੇ ਨੇ 19 ਛੇਤੀ ਉਹਨਾਂ ਦਾ ਭੋਗ ਵੀ ਪੈ ਰਿਆ ਹਾਂ ਕਿਉਂਕਿ ਉਹ ਸਮਝ ਤੋਂ ਬਿਨਾ ਬੰਦ ਹੈ ਮੈਂ ਤੇ ਸਾਰੀਆਂ ਕੈਲਕੂਲੇਸ਼ਨ ਲਾਈਆਂ ਹੋਈਆਂ ਕੈਲਕੂਲੇਟ ਸਾਰਾ ਕਰਕੇ ਵੇਖਿਆ ਮੈਂ ਕਿ ਆਦਮੀ ਜੋ ਹੈ ਪਰਿਵਾਰ ਉਦੋਂ ਚੱਲਦਾ ਜਦ ਥੋੜੀ ਸਮਝ ਮਿਲਦੀ ਹੈ ਹੂੰ ਨੋ ਥੋੜੇ ਵਿਚਾਰ ਵੱਖਰੇ ਹੋ ਸਕਦੇ ਆ ਤੁਸੀਂ ਇੱਕ ਦੂਜੇ ਨੂੰ ਕਬੂਲ ਦੇਓ ਜਾਂ ਅਕਸੈਪਟ ਕਰਦੇ ਹੋ ਹਾਂ ਇਹਦੇ ਵਿਚਾਰ ਇਹ ਨੇ ਤੈਨੂੰ ਅਕਸੈਪਟ ਕਰ ਲਓ ਹਾਂ ਠੀਕ ਹੈ ਕੋਈ ਗੱਲ ਨਹੀਂ ਉਹਦੇ ਵਿਚਾਰ ਨੇ ਪਰ ਜਿਸ ਤਰ੍ਹਾਂ ਪਹਿਲਾਂ ਪੁੱਛ ਰਿਆ ਦਾ ਮੈਂ ਬਾਤ ਵੀ ਹੋ ਰਹੀ ਦੀ ਆਪਣੀ ਵੀ ਘਰ ਕਿਆਂ ਨੂੰ ਤਾਂ ਇੱਕ ਪਾਸੇ ਦੁਨੀਆ ਦਾ ਸਾਹਮਣਾ ਕਰਨਾ ਜਿਹਦਾ ਆਪਾਂ ਕਹ ਰਹੇ ਆ ਵੀ ਮੈਂ ਸਾਥੀ ਹੈ ਮੇਰੇ ਜਾਂ ਕੁਝ ਵੀ ਉਹ ਚੀਜ਼ਾਂ ਬੜੀਆਂ ਔਖੀਆਂ ਆ ਅੱਜ ਕੇ ਉਸ ਦੇ ਵਿੱਚ ਮੈਂ ਕਹਿੰਦਾ ਮੇਰੇ ਘਰਦਿਆਂ ਦਾ ਜ਼ਿਆਦਾ ਸੈਕਰੀਫਾਈਸ ਹੈ ਤੁਸੀਂ ਲਫ਼ਜ਼ ਵਰਤਦੇ ਆ ਲੋਕ ਵੀ ਤੁਸੀਂ ਬਹੁਤ ਵਧੀਆ ਜੀ ਸੈਕਰੀਫਾਈਸ ਕਰਤਾ ਬਹੁਤ ਕੁਰਬਾਨੀ ਹੈ ਕਹਿੰਦੇ ਲੋਕ ਕਹਿੰਦੇ ਹਨ ਪਰ ਇਹ ਕੁਝ ਨਹੀਂ ਹੈ ਕੀ ਪਤਾ ਇਹਨਾਂ ਨੇ ਕੁਰਬਾਨੀ ਕੀਤੀ ਹੋਵੇ ਹਮ ਹਣਾ ਇਹ ਤਾਂ ਮਾਰਾ ਜਾਣਦਾ ਨਾ ਮਾਰਾ ਦੀ ਜੋ ਉਹਦੀ ਨੀਤੀ ਹੈ ਉਹਨੇ ਬਣਾਇਆ ਹੈ ਇਹ ਉਦਾਂ ਹੀ ਚੱਲਣਾ ਪੇਰੈਂਟਸ ਨੂੰ ਮੈਂ ਆਪਦੇ ਨੂੰ ਸਲੂਟ ਕਰਦਾ ਕਿ ਉਹਨਾਂ ਨੇ ਹਰ ਘੜੀ ਹਰ ਮੌਕੇ ਮੇਰਾ ਸਾਥ ਦਿੱਤਾ ਹਾਂ ਉਹਨਾਂ ਦਾ ਜੋ ਸਮਝਾਉਣ ਦਾ ਫਰਜ਼ ਸੀ ਉਹਨਾਂ ਨੇ ਮੈਨੂੰ ਸਮਝਾਇਆ ਮੈਂ ਇਹਨਾਂ ਦੇ ਮੂਰੇ ਵੀ ਕਹਿਣਾ ਕਿ ਉਹਨਾਂ ਨੇ ਮੈਨੂੰ ਰੋਕਿਆ ਸੀ ਉਹਦਾ ਵੀ ਇੱਕ ਕਾਰਨ ਹੈ ਉਹ ਕਾਰਨ ਵੀ ਮੈਂ ਸਮਝਦਾ ਕਿ ਉਹ ਕੀ ਕਿਉਂ ਰੋਕੇ ਉਹਨਾਂ ਨੇ ਹਨਾ ਪਰ ਜਦ ਉਹਨਾਂ ਨੇ ਇਹਨਾਂ ਨਾਲ ਗੱਲ ਕੀਤੀ ਤੇ ਉਹਨਾਂ ਨੂੰ ਅੱਜ ਵਧੀਆ ਨੇ ਗੁਰਪ੍ਰੀਤ ਸਿੰਘ ਇੱਕ ਮੈਂ ਬਾਤ ਪੁੱਛਣਾ ਚਾਹਾਂਗਾ ਵੀ ਆਪਣੇ ਲੱਗੇਗੀ ਤਾਂ ਥੋੜੀ ਅਜੀਬ ਜੀ ਵੀ ਆਨੰਦ ਕਾਰਜ ਹੋਏ ਤੇ ਆਨੰਦ ਕਾਰਜ ਹੋਏ ਸੀ ਬੈਠ ਕੇ ਅਸੀਂ ਪੁਰਾਣੇ ਪ੍ਰਾਤਮਨ ਸਿੰਘ ਹਾਂ ਪ੍ਰਾਤਮਨ ਸਿੰਘਾਂ ਵਾਂਗੂ ਅਸੀਂ ਬੈਠ ਕੇ ਸੁਣਿਆ ਨਹੀਂ ਮੈਂ ਨਾ ਇੱਕ ਚੀਜ਼ ਹੋਰ ਦੇਖੀ ਐ ਜਦ ਮੈਂ ਤੇ ਮੈਂ ਬਾਤ ਕਰ ਰਿਹਾ ਸੀ ਮੈਨੂੰ ਤਾਂ ਜ਼ਿਆਦਾ ਜਾਨਣਾ ਖਰ ਵੀ ਪਹਿਲਾਂ ਆਨੰਦਕਾਰ ਜ ਬੈਠ ਕੇ ਹੀ ਹੁੰਦੇ ਨੇ ਬੈਠ ਕੇ ਸੁਣਦੇ ਸੀ ਲਾਵਾ ਮੇਰੇ ਚਾਚਿਆਂ ਕੇ ਮੈਂ ਦੇਖਿਆ ਬੈਠ ਕੇ ਹੋਏ ਇਹ ਬਾਦਵਾ ਚਲਿਆ ਵੀ ਉਹ ਅਸੀਂ ਬਸ ਇਹ ਕਿ ਕਾਪੀ ਕਰ ਲੈਨੇ ਹਾਂ 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 ਵੀ ਫੇਰੇ ਵਾਲੀ ਕਾਪੀ ਹੋ ਗਈ ਬਸ ਬਸ ਕਹਿੰਦੇ ਬੈਠ ਕੇ ਲਾਵਾ ਸੁਣੀਆਂ ਜਾਂਦੀਆਂ ਸੀ ਸੁਣੀਆਂ ਜਾਂਦੀਆਂ ਨੇ ਲਾਵਾ ਦਾ ਪਾਠ ਸੁਣਿਆ ਜਾਂਦਾ ਵੀ ਮੈਂ ਆਪਣੇ ਚਾਚਿਆਂ ਕੇ ਦੇਖਿਆ ਵੀ ਬੈਠ ਕੇ ਅੱਛਾ ਮੈਂ ਹੋਰ ਤੁਹਾਨੂੰ ਗੱਲ ਦੱਸਦਾ ਮੈਨੂੰ ਕਦੇ ਕਈ ਚੀਜ਼ ਨਾ ਇਮੇਜਨ ਹੁੰਦੀ ਹੈ ਵੀ ਮੇਰਾ ਵਿਆਹ ਹੋ ਰਿਹਾ ਜਾਂ ਮੈਂ ਅਫਸਰ ਬਣ ਰਿਹਾ ਮੈਨੂੰ ਕਦੇ ਇਮੇਜਨ ਹੀ ਨਹੀਂ ਹੋਇਆ ਸੀ ਮੈਂ ਫੇਰੇ ਲੈ ਰਿਹਾ ਕੋਈ ਨਹੀਂ ਹੋਇਆ ਸੀ ਮੈਨੂੰ ਲੱਗੇ ਹੀ ਨਹੀਂ ਸੀ ਅੰਦਰ ਤੋ ਇਦਾਂ ਸੀ ਤਾਂ ਨਹੀਂ ਲੱਗਦਾ ਸੀ। ਕੀ ਬਾਤ ਹੈ। ਸੋ ਬਹੁਤ ਵਧੀਆ ਬਾਈ ਚੰਗਿਆੜੇ ਆ ਸ਼ਹਾਜਕੌਰ ਜੀ ਥਵੇਂ ਮਾਨੂੰ ਕੋਈ ਹੋਰ ਕਵਿਤਾ ਸੁਣਾਓ ਭਾਤਾਂ ਹੀ ਕਰਨ ਆਏ ਆ। ਕੋਈ ਜਿਹੜੀ ਤੁਹਾਨੂੰ ਜਾਦਾ ਹਰੇ ਕੇ ਕਵਿਤਾ ਦਾ ਕਹਿੰਦੇ ਵੀ ਇੱਕ ਮਾਨ ਜਿੱਤਰਾ ਆਪਣੇ ਨਿਆਣੇ ਚੰਗੇ ਲਗਾ ਲਿਖਣ ਵਾਲੇ ਨੂੰ ਸਾਰਾ ਕੁਝ ਲਗਾ। ਤੇ ਕੋਈ ਸੁਣਾਓ ਮਾਨੂੰ ਤੇ ਭਾ ਹੋਰ ਬਾਤਾਂ ਕਰਾਂ ਫਿਰ। ਹਾਂਜੀ ਆਪਣੀ ਕਵਿਤਾ ਮਸਲੇ ਸਾਂਝੀ ਕਰਦੀ ਮੈਂ ਤੁਹਾਡੇ ਨਾਲ। ਜਦ ਕੋਈ ਇਲਮ ਦੀ ਲਿਖਤ ਦਿਖਾਵੇ। ਹੂੰ ਮੋਰੇ ਅੰਨੇ ਬਹਿ ਜਾਂਦੇ ਨੇ। ਕਿਆ ਬਾਤ ਹੈ ਦੋ ਦੋ ਬੇੜੀਆਂ ਵਿੱਚ ਨੇ ਲੋਕੀ ਤਾਈਓ ਮਸਲੇ ਰਹਿ ਜਾਂਦੇ ਨੇ ਹੂੰ ਕੋਈ ਵੀ ਲੁੱਕ ਕੇ ਰਹਿ ਨਹੀਂ ਸਕਦਾ ਸਮੇ ਦੇ ਪਾਣੀ ਲੈ ਜਾਂਦੇ ਨੇ ਜਿੰਨਾ ਮਰਜੀ ਸਾਂਭ ਕੇ ਰੱਖੋ ਰੇਤੇ ਦੇ ਘਰ ਟਹਿ ਜਾਂਦੇ ਨੇ ਹੂੰ ਹੂੰ ਕੁੱਤਿਆਂ ਦਾ ਹੁਣ ਡਰ ਨਹੀਂ ਕੋਈ ਹਾਕਮ ਵੀ ਹੁਣ ਪੈ ਜਾਂਦੇ ਨੇ ਕਿਆ ਬਾਤ ਹੈ ਕਿਆ ਬਾਤ ਹੈ ਇਹ ਤਾਂ ਕਮਾਲ ਹੈ ਜੀ ਕੁੱਤਿਆਂ ਦਾ ਡਰ ਨਹੀਂ ਕੋਈ ਹਾਕਮ ਵੀ ਹੁਣ ਪੈ ਜਾਂਦੇ ਨੇ ਪਏ ਹੋਏ ਆ ਤੈ ਹੀ ਅਤ ਕਮਾਲ ਹੈ ਬਾਜੀ ਛੋਟੀ ਇੰਨੀ ਛੋਟੀ ਦੀ ਹਾਂਜੀ ਪਰ ਅੱਖਰ ਬੜੇ ਬੜੇ ਦੇ ਦੇ ਬਹੁਤ ਕਮਾਲ ਸੋ ਕਵਿਤਾਵਾਂ ਤੁਮੇ 6ਵੀਂ ਜਮਾਤ ਤੇ ਲਿਖਣ ਲੱਗ ਗਏ ਹਾਂਜੀ ਫਿਰ ਪੜ੍ਹੇ ਕਿੰਨਾ ਮੈਂ ਜੀ ਗ੍ਰੈਜੂਏਸ਼ਨ ਦਾ 1 ਸਾਲ ਹੀ ਲਾਇਆ ਸੀ ਫਿਰ ਸਿਲੇਬਸ ਮੇ ਤੋਂ ਪੜਿਆ ਨਹੀਂ ਗਿਆ ਕਹਿ ਸਕਦੇ ਆ ਤਾਂ ਫਿਰ ਮੈਂ ਉਹਨੂੰ ਪੜਿਆ ਵੀ ਨਹੀਂ ਵਾਕ ਆਊਟ ਕਰ ਦਿੱਤਾ ਐਸੇ ਤੁਮੇ ਤਾਂ ਉਹ ਤਾਂ ਉਹਨਾਂ ਦੀ ਕਹਾਣੀ ਦੀ ਕਹਾਣੀ ਉਹ ਪਾਤਰ ਹਰੇਕ ਦਾ ਆਪਣਾ ਇੱਕ ਪੱਖ ਹੋ ਆ 18 ਪੱਖ ਹੈ ਵੀ ਤੁਮੇ ਕਿਸ ਤਰ੍ਹਾਂ ਉਹ ਚੀਜ਼ਾਂ ਜਿਹੜੀਆਂ ਮਿਲੇ 4-5 ਸਾਲ ਹਨੀ ਫਿਰ ਉਸ ਤੋਂ ਬਾਅਦ ਥਾਰਾ ਥਾਰੇ ਪੱਖ ਤੇ ਕਿਆ ਚੀਜ਼ ਐ ਉਹ ਮੇਰੇ ਪੱਖ ਤੇ ਵਿੱਚ ਤਾਂ ਮੈਨੂੰ ਮਤਲਬ ਕੀ ਕਹਿੰਦੇ ਵੀ ਮੇਰੇ ਲਈ ਤਾਂ ਇਹ ਸਾਰਾ ਕੁਝ ਚਮਤਕਾਰ ਤੋਂ ਘੱਟ ਨਹੀਂ ਐ ਤੇ ਜਿੰਨਾ ਮੇਰਾ ਇਹ ਖਿਆਲ ਰੱਖਦੇ ਆ ਉਹਨਾਂ ਮੈਨੂੰ ਲੱਗਦਾ ਨਹੀਂ ਵੀ ਕੋਈ ਰੱਖ ਵੀ ਸਕਦਾ ਹੂੰ ਤੇ ਕੁਦਰਤ ਨੂੰ ਮੈਂ ਪਹਿਲਾਂ ਤੋਂ ਬੜਾ ਆਪਣੇ ਨੇੜੇ ਸਮਝਦੀ ਆ ਨੇੜੇ ਮੰਨਦੀ ਸੀ ਤੇ ਪਰਮਾਤਮਾ ਤੇ ਮੇਰਾ ਪੂਰਾ ਭਰੋਸਾ ਹੈ ਇਸ ਕਰਕੇ ਮੈਂ ਖੁਸ਼ ਹਾਂ अच्छा उरे हमें था थारे पास आए भाई उरे बके बड़ा औखा लगा था किस <laughs> <laughs> कि मैं किस तरह मतलब ये रहे किनिया ओ हमें लंग के आ जाते मैं कह यार भाई उरे रहा हां मन्नू तो बुखार चढ़ हां नहीं ठीक है ठीक पूरे कादा कितने जयर हो गए अपनू अ असी इथे 2019 दे विच आई सी इस फ्लैट दे विच हां जी हां जी मोहाली 2018 दे विच शिफ्ट कर गए सी ब्याह साडा 2019 दे 11वें महीने विच होया सी हां जी ਸਾਲ ਹੋਣ ਵਾਲਾ ਅੱਛਾ ਤੁਹਾਨੂੰ ਕਦੇ ਜਿਸ ਤਰ੍ਹਾਂ ਇੱਕ ਆਮ ਜ਼ਿੰਦਗੀ ਹੈ ਜਿਸ ਤਰ੍ਹਾਂ ਮੇਰੇ ਵਰਗੇ ਵੀ ਇੱਕ ਉਹ ਚੱਲਦਾ ਨਾ ਜਿ ਕਲੰਬਨੋਂ ਮਸਲਾ ਵੀ ਬੰਦਾ ਘਟਿਆਪਣ ਦਾ ਸ਼ਿਕਾਰ ਹੋ ਜਾਂਦਾ ਇਸ ਤਰ੍ਹਾਂ ਦੀ ਆਲਾਮ ਤੱਕ ਦੇ ਇਸ ਤਰ੍ਹਾਂ ਦੇ ਖਿਆਲ ਵੀ ਕਦੇ ਨਹੀਂ ਮਤਲਬ ਕਿ ਘਟਿਆਪਣ ਤੂੰ ਤੁਹਾਡਾ ਕੀ ਭਾਵ ਮੈਨੂੰ ਸਮਝ ਨਹੀਂ ਲੱਗੀ ਨਹੀਂ ਨਹੀਂ ਮੇਰਾ ਮਕਾਨ ਦਾ ਮਤਲਬ ਹੈ ਬੰਦਾ ਨਾ ਕਈ ਵਾਰ ਆਪਣੇ ਮੇਰੇ ਸੋਚਣ ਲੱਗ ਜਾਂਦਾ ਵੀ ਮੈਨੂੰ ਰੱਬ ਨੇ ਕੋਈ ਆਹ ਨਹੀਂ ਦਿੱਤਾ ਰੱਬ ਨੇ ਉਹ ਨਹੀਂ ਦਿੱਤਾ ਨਹੀਂ ਜੀ ਬਿਲਕੁਲ ਨਹੀਂ ਕਿਉਂਕਿ ਇਸ ਤੋਂ ਪਹਿਲਾਂ ਮੇਰੇ ਵਰਗਾ ਸੋਚੀ ਜਾਂਦਾ ਯਾਰ ਰੱਬ ਨੇ ਆਹ ਨਹੀਂ ਦਿੱਤਾ ਇੱਕ ਇਹ ਸलो ਇਹ ਗੱਲ ਗੱਲ ਤੋਂ ਪਹਿਲਾਂ ਮੈਂ ਦੱਸਦਾ ਤੁਹਾਨੂੰ ਗੱਲ ਅੱਜ ਮੇਰਾ ਇੱਕ ਮਰ ਦੋਸ ਸੀਗਾ ਹੈਨਾ ਚਲੋ ਹੁਣ ਤਾਂ ਬਾਹਰ ਚਲੇ ਗਿਆ ਉਹ ਅਸੀਂ ਉਹੀ ਉਹਦਾ ਰੰਗ ਥੋੜਾ ਜਿਹਾ ਸਾਫ਼ ਸੀ ਜਿਆਦਾ ਤੇ ਮੈਂ ਉਹਨੂੰ ਵੈਸੇ ਹੀ ਆਪ ਹੀ ਗੱਲ ਛੇੜ ਲਈ ਮੈਂ ਕਿਹਾ ਇਹਦਾ ਰੰਗ ਕਾਲਾ ਨਾ ਇਹ ਇਹ ਫਿਲਟਰ ਆ ਮੇਰੇ ਲਈ ਮੈਂ ਕਿਹਾ ਇਹ ਤੋਂ ਲੋਕ ਫਿਲਟਰ ਹੋ ਕੇ ਆਉਂਦੇ ਆ ਮੇਰੇ ਤੱਕ ਹੈ ਇਹ ਚੀਜ਼ ਹੈਨਾ ਕਿਉਂਕਿ ਦੁਨੀਆ ਜਿਹੜੀ ਹੈ ਉਹ ਬਾਰਮੁਖੀ ਜਿਆਦਾ ਮਤਲਬ ਵੇਖਦੀ ਹੈ ਚਲੋ ਆਪਦੇ ਆਪ ਦੇ ਇਸ ਨੂੰ ਮਾੜਾ ਨਹੀਂ ਆਪਾਂ ਕਹਿੰਦੇ ਪਰ ਮੇਰੇ ਲਈ ਮੈਂ ਤਾਂ ਫਿਲਟਰ ਨੇ ਇਹ ਹੈਨਾ ਜਿਵੇਂ ਲੋਕਾਂ ਯਾਰ ਤੂੰ ਤਾਂ ਦਾੜੀ ਰੱਖ ਲਈ ਤੇਰੇ ਤਾਂ ਵਾਲ ਵੀ ਚਿੱਟੇ ਹੋ ਗਏ ਹੈ ਮਗਰ ਫਿਲਟਰ ਸਾਰਾ ਕੁਝ ਫਿਲਟਰ ਹੈ ਸਾਰਾ ਕੁਝ ਫਿਲਟਰ ਹੋ ਕੇ ਆਉਗਾ ਐਸਾ ਹੀ ਐਸਾ ਕਿਤਾਬਾਂ ਮੈਂ ਦੇਖ ਰਿਹਾ ਬਹੁਤ ਸਾਰੀਆਂ ਕਿਤਾਬਾਂ ਨੇ ਪੜਦੇ ਥਵੇਂ ਪੜਥਮੇ ਪੜਦੇ ਹਉ ਥੋੜਾ ਬਹੁਤ ਮੈਂ ਪੜਨਾ ਜਿਆਦਾ ਤਰੇ ਪੜਦੇ ਥਵੇਂ ਕਿਹੜੇ ਕਿਹੜੇ ਲੇਖਕ ਪੜੇ ਜੀ ਜਿਆਦਾ ਮੈਨੂੰ ਪਸੰਦ ਆਪਣੇ ਦਾ ਲੇਖਕ ਹੈ ਹਰਪਾਲ ਬੰਨੂ ਸਰ ਉਹਨਾਂ ਨੂੰ ਪੜਦੀਆਂ ਮੈਂ ਜਿਆਦਾ ਉਹਨਾਂ ਦੀ ਮਤਲਬ ਲੇਖਤ ਤੇ ਜਿਆਦਾ ਪ੍ਰਭਾਵਸ਼ਾਲੀ ਲੱਗਦੀ ਹੈ ਮੈਨੂੰ ਬਾਕੀ ਹਰ ਇੱਕ ਤਰ੍ਹਾਂ ਦੇ ਲੇਖਕ ਨੂੰ ਪੜ ਲੀਦਾ ਜਿਹੜਾ ਚੰਗਾ ਨਾ ਲੱਗੇ ਫਿਰ ਉਹਨੂੰ ਸਾਈਡ ਤੇ ਵੀ ਰੱਖ ਦਿੰਦਾ ਆਹ ਕੋਈ ਮੇਰੇ ਵਰਗੇ ਜੱਪਣੀਆਂ ਛੱਡੀਆਂ ਕਿਤਾਬਾਂ ਕਾਲੀ ਪੜੀ। ਕਾਲੀ ਕਿਤਾਬ ਤੇ ਮੈਂ ਵੈਸੇ ਪੜੀ ਹੈ ਪੂਰੀ। ਨਹੀਂ ਨਹੀਂ ਉਹ ਬਹੁਤ ਸਾਰਾ ਇਹੋ ਜਿਹਾ ਵੀ ਲਿਖਿਆ ਜਾ ਰਿਹਾ ਹੈ ਨਾ ਫਿਰ ਉਹਦੇ ਸਿਰਪਰੇ ਸ਼੍ਰੋਮਣੀ ਸਾਹਿਤਕਾਰ ਹਾਂਜੀ ਪਦਮ ਸ਼੍ਰੀ ਸਟੇਟ ਅਵਾਰਡ ਪਤਾ ਨਹੀਂ ਕਿਹੜੇ ਕਿਹੜੇ ਅਵਾਰਡ ਇਕੱਠੇ ਕਰਕੇ ਟੋਕਰੇ ਭਰੀ ਫਿਰ ਰਹੇ ਆ ਲੋਕ। ਠੀਕ ਤੇ ਫਿਰ ਉਹਨਾਂ ਦਾ ਪ੍ਰਚਾਰ ਵੀ ਹੁੰਦਾ। ਬਿਲਕੁਲ। ਫਿਰ ਉਹਨਾਂ ਦੀਆਂ ਕਿਤਾਬਾਂ ਅੱਗੇ ਸਿਲੇਬਸ 'ਚ ਲੱਗ ਜਾਂ। ਫਿਰ ਮੇਰੇ ਵਰਗੇ ਪੜਦੇ ਰਹਾ ਗਿਆਨ। ਸੋ ਅਜਿਹਾ ਸਾਹਿਤਿਕ ਮਤਲਬ ਕਿ ਉਹਦੇ ਮੇ ਫਸਿਆ ਹੋਇਆ ਜਿੱਥੇ ਲੋਕਾਂ ਨੇ ਸਾਹਿਤ ਨੂੰ ਆਪਣੀ ਦੁਕਾਨ ਚ ਬਦਲ ਤੇ ਆ ਵੀ ਉਹ ਆਪਣਾ ਹੀ ਸਾਰਾ ਕੁਝ ਕਰੀ ਜਾ ਰਹੀ ਹੈ ਜਿਵੇਂ ਸਾਇੰਸ ਕਰਦੀ ਹੈ ਨਾ ਉਹ ਹਰ ਚੀਜ਼ ਨੂੰ ਛੋਟੇ ਤੋਂ ਛੋਟਾ ਕਰਕੇ ਵੇਖਦੀ ਹੈ ਇਦਾਂ ਹੀ ਸਾਹਿਤ ਦੇ ਵਿੱਚ ਜਾਂ ਹਰ ਫੀਲਡ ਦੇ ਵਿੱਚ ਹਰ ਚੀਜ਼ ਨੂੰ ਛੋਟੇ ਤੋਂ ਛੋਟਾ ਕੀਤਾ ਜਾ ਰਿਹਾ ਹੈ ਹਮ ਨਵੇਂ ਤੋਂ ਨਵੇਂ ਅਵਾਰਡ ਕੱਢੇ ਜਾ ਰਹੇ ਨੇ ਹਨ ਫਿਰ ਉਹੀ ਆਪ ਦੇ ਬੰਦੀ ਆਪਸ ਚ ਟਕਰਾਂ ਖਾ ਖੂ ਕੇ ਇੱਕ ਦਿਨ ਦੇ ਦਿੰਦੇ ਨੇ ਅਸੀਂ ਖੁਸ਼ ਹੋ ਜਾਈਦੇ ਹਾਂ ਅਸੀਂ ਆਪ ਹੀ ਕ੍ਰੀਏਟ ਕਰਕੇ ਆਪ ਹੀ ਉਲਝੇ ਹੋਏ ਹਾਂ ਬਸ ਉਹ ਤਾਂ ਕੁਝ ਨਹੀਂ ਵਿਸਤਾਰ ਨਹੀਂ ਹੋ ਰਿਹਾ ਸੁੰਗੜ ਰਿਹਾ ਸਾਰਾ ਕੁਝ ਅੱਛਾ ਕਹਾਣੀਆਂ ਕਿਸ ਤਰ੍ਹਾਂ ਲਿਖਣ ਲੱਗੇ ਕਹਾਣੀ ਪਹਿਲੀ ਕਹਾਣੀ ਕਿਸ ਤਰ੍ਹਾਂ ਦਿਮਾਗ ਆਈ ਮੈਨੂੰ ਕਦੇ ਕਦੇ ਲੱਗਾ ਵੀ ਕਹਾਣੀ ਸਾਰੀ ਲਿਖੀ ਜਾ ਕੋਈ ਮੈਂ ਤਾਂ ਕਦੇ ਲਿਖੀ ਨਹੀਂ ਕੀ ਕਹਾਣੀ ਵੀ ਟੁਕੜਿਆਂ ਦੇ ਵਿੱਚ ਆਂਦੀ ਵੀ ਹੁਣ ਆ ਆ ਗਈ ਵੀ ਇੰਨੀ ਕ ਆ ਗਈ ਫਿਰ ਅੱਗੇ ਇੱਕ ਕਿਤਾਬ ਤੁਸੀਂ ਲੈ ਜਾਈਓ ਉਹਨਾਂ ਫਿਰ ਪੜ੍ਹ ਕੇ ਵੇਖ ਲਿਓ ਨਹੀਂ ਨਹੀਂ ਮਰ ਜਾ ਕਹਾਣੀ ਦਾ ਤੱਤਸਾਰ ਦੱਸੋ ਵੀ ਕਹਾਣੀ ਕਿਸ ਤਰ੍ਹਾਂ ਦਿਮਾਗ ਦੇ ਵਿੱਚ ਆਈ ਵੀ ਕਹਾ ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਸਾਡੇ ਆਲੇ ਦੁਆਲੇ ਵਾਪਰਦੀਆਂ ਹਨ ਉਹਨਾਂ ਚੋਂ ਕਹਾਣੀਆਂ ਨਿਕਲ ਆਉਂਦੀਆਂ ਹਰ ਬੰਦਾ ਆਪਣੇ ਆਪ 'ਚ ਕਹਾਣੀ ਹੈ ਹਮ ਹਾਂਜੀ ਤੁਸੀਂ ਆਪਣੀ ਕੋਈ ਕਹਾਣੀ ਦਾ ਨਾ ਤੱਤਸਾਰ ਸੁਣਾਓ ਜਿਹੜੀ ਮਤਲਬ ਕਿ ਤੁਹਾਨੂੰ ਲੱਗੇ ਵੀ ਡਾਇਲੌਗ ਨਹੀਂ ਸੁਣਾਣੇ ਹਾਂਜੀ ਉਹਦਾ ਇੱਕ ਜਿਦ ਤਰ੍ਹਾਂ ਪਹਿਲਾਂ ਨਹੀਂ ਕਰਦਾ ਕੇਂਦਰੀ ਭਾਵ ਲਿਖੋ ਹਾਂਜੀ ਹਾਂਜੀ ਉਹ ਕਿਹੜੀ ਕਹਾਣੀ ਮੜ ਗਈ ਇਹਦੇ ਵਿੱਚ ਨੋਟਾਂ ਵਾਲਾ ਹਾਂਜੀ ਉਹਦੇ ਵਿੱਚ ਦੋ ਮਤਲਬ ਕਿ ਕਰੈਕਟਰ ਹੈ ਤੇ ਉਹ ਬਾਹਰ ਚਲੇ ਜਾਂਦੇ ਆ ਤੇ ਬਾਹਰ ਜਾਣ ਤੋਂ ਬਾਅਦ ਕਈ ਸਾਲਾਂ ਤੱਕ ਉਹਨਾਂ ਦਾ ਕੋਈ ਛਤਾ ਪਤਾ ਨਹੀਂ ਲੱਗਦਾ ਵੀ ਉਹ ਹੈਗੇ ਆ ਜਾਂ ਨਹੀਂ ਹੈਗੇ ਉਦੋਂ ਸਮਾਂ ਪੁਰਾਣਾ ਸੀ ਤੇ ਫਿਰ ਅਚਾਨਕ ਉਹਨਾਂ ਦਾ ਇੱਕ ਦਿਨ ਚਿੱਠੀ ਆndi ਆ ਉਹਨਾਂ ਦੇ ਘਰ ਤੇ ਉਹਨਾਂ ਨੂੰ ਬੜੀ ਖੁਸ਼ੀ ਹੁੰਦੀ ਆ ਵੀ ਚਲੋ ਵੀ ਪਰਮਾਤਮਾ ਦੀ ਮਿਹਰ ਆ ਵੀ ਬਚ ਗਏ ਜਾਂ ਹੈਗੇ ਆ ਤੇ ਉਹ ਜਰਮਨ ਦੇ ਵਿੱਚ ਜਾ ਕੇ ਸੈੱਟ ਹੋ ਜਾਂਦੇ ਆ ਤੇ ਪਰ ਫਿਰ ਉੱਥੋਂ ਅਗਲਾ ਸ਼ੁਰੂ ਹੁੰਦਾ ਕਿ ਖੁਸ਼ੀ ਦੇ ਨਾਲ-ਨਾਲ ਲਾਲਚ ਵੀ ਪੈਦਾ ਹੁੰਦਾ ਹੈ ਉਹਨਾਂ ਦੇ ਘਰ ਦੇ ਆਂਦੇ ਅੰਦਰ ਤੇ ਉਹ ਸਾਰੀ ਸਟੋਰੀ ਜਿਹੜੀ ਆ ਉਹ ਇਹਦੇ ਵਿੱਚ ਮੈਂ ਜਿੱਦਾਂ ਲਿਖਣ ਦੀ ਕੋਸ਼ਿਸ਼ ਕੀਤੀ ਆ ਫਿਰ ਉਹਦਾ ਅਖੀਰ ਕੀ ਹੁੰਦਾ ਅਖੀਰ ਇਹ ਹੁੰਦੀ ਆ ਵੀ ਜਦੋਂ ਉਹਨਾਂ ਨੂੰ ਸਮਝ ਲੱਗ ਜਾਂਦੀ ਆ ਕਿ ਸਾਰਾ ਕਈ ਕੁਝ ਜਿਹੜਾ ਲਾਲਚ ਦੇ ਨਾਲ ਜੁੜਿਆ ਹੋਇਆ ਆ ਤੇ ਉਹ ਫਿਰ ਇਸ ਗੱਲ ਨੂੰ ਸਮਝਦੇ ਹੋਏ ਆਪਣੀ ਜ਼ਿੰਦਗੀ ਨੂੰ ਸੁਧਾਰਨ ਤੇ ਲੱਗਦੇ ਆ ਨਾ ਕਿ ਫਿਰ ਉਸ ਲਾਲਚ ਦੇ ਵਿੱਚ ਫਸਦੇ ਆ ਅੱਛਾ ਘਰ ਕੇ ਵਿੱਚ ਇੱਕ ਨੂੰ ਟੋਕ ਰਿਹਾ ਹਾਂ ਕੋਈ ਨਹੀਂ ਆਣ ਦਿਓ ਇੱਕੋ ਤੁਹਾਡੀ ਸੀਗੀ ਕਹਾਣੀ ਨਾ ਦੂਜੀ ਉਹ ਆਕਸੀਜਨ ਵਾਲੀ ਹਾਂਜੀ ਹਾਂਜੀ ਆਕਸੀਜਨ ਵਾਲੀ ਹੁਣ ਲੋਡ ਪਈ ਹੋਣੀ ਹਾਂਜੀ ਹਾਂਜੀ ਉਹ ਮੈਂ ਜਿੱਦਾਂ ਪਹਿਲਾਂ ਲਿਖ ਦਿੱਤੀ ਸੀ ਅਸੀਂ ਉਹ ਅਸਲ ਦੇ ਵਿੱਚ ਉਹ ਇਹਨਾਂ ਵੱਲੋਂ ਵੀ ਮੈਂ ਇਹਨਾਂ ਨੂੰ ਸੁਣਾਈ ਵੀ ਸੀਗੀ ਉਹ ਜਦੋਂ ਇਹਨਾਂ ਨੇ ਲਿਖੇ ਸੀ ਕੋ ਅੱਧੇ ਖਿਆਲ ਤਾਂ ਇਹਨਾਂ ਦੇ ਸੀਗੇ ਤੇ ਉਸ ਸਮੇਂ ਦੇ ਹਿਸਾਬ ਦੇ ਨਾਲ ਮੈਂ ਕਿਹਾ ਇੱਕ ਦਿਨ ਬੇ ਸਾਰਾ ਕੁਝ ਤੇ ਵਿਕਣਾ ਸ਼ੁਰੂ ਹੋ ਗਿਆ ਹੁਣ ਹਵਾ ਵਿਕੇਗੀ ਹੂੰ ਤੇ ਉਹ ਹੁਣ ਅਸੀਂ ਦੇਖਿਆ ਹੀ ਆ ਥੋੜੇ ਦਿਨਾਂ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਵੀ ਕਿਦਾਂ ਹਵਾ ਵਿਕੀ ਆ ਹਾਂਜੀ ਮੇ ਦਰਖਤਾਂ ਨੂੰ ਪੱਟ ਰਹੇ ਆ ਓਜਾੜਾ ਪਾਰ ਰਹੇ ਆ ਹਰ ਜਗ੍ਹਾ ਦੇ ਉੱਤੇ ਬਸ ਖਰਾਬ ਕਰ ਰਹੇ ਆ ਕੁਦਰਤ ਨੂੰ ਅੱਛਾ ਬਾਈ ਜੀ ਦਾ ਚਲੇ ਜਾਂਦਾ ਦਫ਼ਤਰ ਹਾਂਜੀ ਕਰ ਕਾ ਕੰਮਕਾਰ ਫਿਰ ਤੁਸੀਂ ਸਾਰਾ ਆਪੇ ਕਰਦੇ ਹਾਂ ਹਾਂਜੀ ਮੈਂ ਕਰ ਵੀ ਲੰਨੀ ਆ ਵੈਸੇ ਰੋਟੀ ਬਣਾਉਣ ਵਾਲਾ ਤੇ ਰੱਖਿਆ ਹੋਇਆ ਸੀ ਤੇ ਸਫਾਈ ਵਾਲੇ ਵੀ ਆਂਦੇ ਆ ਤੇ ਪਰ ਫਿਰ ਵੀ ਜੇ ਉਹ ਨਾ ਵੀ ਆਣ ਤਾਂ ਮੈਨੂੰ ਕੋਈ ਔਖਾ ਨਹੀਂ ਆ ਅੱਛਾ ਹਾਂਜੀ ਸਕੂਟਰੀ ਵੀ ਚਲਾ ਲੈਂ ਹਾਂਜੀ ਇਸ ਤੋਂ ਪਹਿਲਾਂ ਮੈਂ ਡੀਸੀ ਆਫਿਸ ਦੇ ਵਿੱਚ 10 ਸਾਲ ਜੌਬ ਵੀ ਕੀਤੀ ਆ ਅੱਛਾ ਹਾਂਜੀ ਦੇ ਡੀਸੀ ਅਫੀਸਰ ਕਿੱਥੇ? ਨਵਾਂ ਸ਼ਹਿਰ। ਅੱਛਾ ਰੋਹ ਜਾਂਦੇ ਜਾਂਦੇ। ਹਾਂਜੀ ਹਾਂਜੀ ਬਿਲਕੁਲ। ਤੇ ਕਮਾਲ ਹੈ। ਅੱਛਾ ਫਿਰ ਉਹ ਜੌਬ ਕਹਿਵਾਂ ਮਲਪੂ ਕੱਚੀ ਦੀ ਕਿਸ ਤਰ੍ਹਾਂ ਦੀ? ਉਹ ਜੀ ਜਿੱਦਾਂ ਕੰਟਰੈਕਟ ਵੀ ਇਸ ਤੇ ਇਦਾਂ ਰੱਖੇ ਹੋਏ ਸੀਗੇ ਤੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਜਿੰਨੇ ਵੀ ਪੰਜਾਬ ਦੇ ਵਿੱਚ ਪਹਿਲਾਂ ਤਾਂ ਇਹ ਸਾਰੇ ਦਫ਼ਤਰ ਬਣਾਏ। ਬਣਾਉਣ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਲੱਗਾ ਕਿ ਹੁਣ ਲੋਕ ਸਖਾਲੇ ਹੋ ਗਏ ਹੁਣ ਥੋੜਾ ਜਿਹਾ ਇਹਨਾਂ ਨੂੰ ਔਖੇ ਕਰ ਦਈਏ। ਉਹ ਸੇਵਾ ਕੇਂਦਰ ਵਾਲਾ। ਸੇਵਾ ਕੇਂਦਰ। ਹਾਂਜੀ ਉਹ ਹਾਂਜੀ ਪਹਿਲਾਂ ਸੁਵਿਧਾ ਸੈਂਟਰ ਸੀਗਾ ਫਿਰ ਸੇਵਾ ਸੇਵਾ ਕੇਂਦਰ ਬਾਅਦ ਵਿੱਚ ਉਹ ਇਹਨਾਂ ਨੇ ਬਣਾਏ। ਹੂੰ ਉਹਦੇ ਵਿੱਚ ਵੀ ਇੱਕ ਮਤਲਬ ਬੜੀ ਵੱਡੀ ਸਰਕਾਰ ਦੀ ਪਲੈਨਿੰਗ ਸੀਗੀ ਕਿ ਹੁਣ ਲੋਕਾਂ ਨੂੰ ਖੱਜਲ ਦੁਆਰਾ ਤੋਂ ਸ਼ੁਰੂ ਕਰੀਏ ਕਰਨਾ ਤੇ ਉਹਨਾਂ ਨੇ ਕੀਤਾ ਵੀ ਉਹ ਫਿਰ ਉਹਨਾਂ ਨੇ ਛੋਟੇ ਛੋਟੇ ਟੁਕੜੇ ਕੀਤੇ ਸੇਵਾ ਕੇਂਦਰ ਬਣਾਏ ਪਿੰਡਾਂ ਦੇ ਵਿੱਚ ਇੱਕ ਇੱਕ ਦੋ ਦੋ ਅੱਛਾ ਤੇ ਹਾਂ ਜੀ ਕਿਸੇ ਨੂੰ ਛੱਡਤੀ ਹਾਂਜੀ ਅੱਜਾ ਭਾਈ ਜੀ ਜਿਹੜਾ ਥਾਰਾ ਵਿਆਹ ਹੋਇਆ ਤਾਂ ਉਹ ਮਤਲਬ ਕਿ ਟਮਟਮਾ ਪੂਰਾ ਕਰਿਆ ਤਾਂ ਕਿ ਮਤਲਬ ਕਿ ਮੇਰੇ ਵਾਂਗੂ ਵੀ ਅਸੀਂ ਵਿਆਹ ਦਾ ਸਾਦਾ ਜਿਹਾ ਕਰ ਲਿਆ ਸੀ ਭਾਈ ਠੀਕ ਅੱਛਾ ਹਾਂ ਬਿਲਕੁਲ ਹੀ ਬਿਲਕੁਲ ਸਾਦਾ ਕੋਈ ਐਨੀ ਵੀ ਭਾਈ ਬੈਂਡ ਵਾਜਾ ਆਇਆ ਇਹ ਉਹ ਕੁਝ ਪਰ ਚਾ ਸਾਡੇ ਚਾ ਵਧੀਆ ਜੀ ਚਾਹੀ ਹੁੰਦੇ ਮੈਨ ਸਾਨੂੰ ਚਾ ਸੀ ਸਾਡੇ ਘਰ ਦੇ ਨੂੰ ਚਾ ਸੀ ਤੁਹਾਨੂੰ ਘੁੰਮਣ ਫਿਰਨ ਦਾ ਸ਼ੌਂਕ ਹੈ ਬੈਦਵਾ ਕਿਤੇ ਘੁੰਮਣ ਵੀ ਗਏ ਘੁੰਮਣ ਫਿਰਨ ਦਾ ਇਹਨਾਂ ਨੂੰ ਸ਼ੌਂਕ ਹੈ ਮੈਨੂੰ ਘੁੰਮਣ ਦਾ ਰੱਤਾ ਸ਼ੌਂਕ ਇੱਛਾ ਮੈਨੂੰ ਟਰੈਵਲਿੰਗ ਬੁਰੀ ਲੱਗਦੀ ਹੈ ਮਤਲਬ ਗੱਡੀ 'ਚ ਬਹਿ ਕੇ ਜਾਣਾ ਆ ਤਾਂ ਨਮਾ ਚੰਗੇੜਾ ਹਾਂ ਟਰੈਵਲਿੰਗ ਮੈਨੂੰ ਕੁਦਰਤੀ ਤੌਰ ਤੇ ਦੋ ਚੀਜ਼ਾਂ ਬੁਰੀਆਂ ਲੱਗਦੀਆਂ ਮੈਨੂੰ ਇੱਕ ਤਾਂ ਟਰੈਵਲਿੰਗ ਇੱਕ ਮੈਂ ਫਿਲਮ ਵਿੱਚ ਵੇਖੀ ਉਹ ਇੰਟਰਸਟ ਹੈ ਕਿਹੜੀ ਇੰਟਰਸਟੈਲਰ ਸੀਗੀ ਉਹ ਮੈਂ ਤੇਨਰਜੀ ਦੇਖ ਕੇ ਆਈ ਸੀ ਮੈਂ ਉਹ ਘੱਟੋ ਘੱਟ ਮੈਂ 6-7 ਵਾਰ ਵੇਖ ਲਈ ਉਹ ਕੀ ਇਹ ਫਿਲਮ ਚ ਉਹ ਫਿਲਮ ਦੇ ਵਿੱਚ ਇਹ ਆ ਸਮੇ ਉਹ ਮਤਲਬ ਇਹ ਹੈਗਾ ਕਿ ਕੁਛ ਆਦਮੀ ਨੇ ਉਸ ਸਪੇਸ ਚ ਜਾਂਦੇ ਆ ਉੱਥੇ ਜਾ ਕੇ ਜਿਹੜਾ ਇੱਕ ਹੀਰੋ ਆ ਉਹਦਾ ਉਹ ਸਮੇ ਚ ਫਸ ਜਾਂਦਾ ਉਹ ਟਾਈਮ ਮਸ਼ੀਨ ਜੀ ਅੱਗੇ ਪਿੱਛੇ ਹੋ ਜਾਂਦਾ ਪਤਾ ਨਹੀਂ ਉਹ ਚੱਕਰ ਆ ਕਰੀਂ ਤੇ ਗੱਡੀ ਵੀ ਆਈ ਦਗਾਣੀ ਉਹ ਉਹ ਮੇਰਾ ਡਰ ਕੀ ਹੈ ਵੀ ਸਪੋਜ਼ ਕਰੋ ਆਦਮੀ ਸਪੇਸ ਚ ਹੋਵੇ ਉਹ ਡਿਰਦਾ ਰਹੇ ਮਤਲਬ ਉਹ ਸਮੇ ਚ ਹੀ ਫਸਿਆ ਰਹਿੰਦਾ ਉਹ ਜਦੋਂ ਉਹਨੇ ਜਾਣਾ ਹੁੰਦਾ ਹੈ ਹੈਨਾ ਉਹ ਸਮੇਂ ਫਿਊਚਰ ਵਿੱਚੋਂ ਪ੍ਰੈਜ਼ੈਂਟ ਦੇ ਵਿੱਚ ਆ ਕੇ ਆਪਦੀ ਕੁੜੀ ਨੂੰ ਕਹਿੰਦਾ ਵੀ ਮੈਨੂੰ ਨਾ ਭੇਜ ਮੈਂ ਫਸ ਜਾਣਾ ਅੱਗੇ ਜਾ ਕੇ ਤੇ ਉਹ ਕੁੜੀ ਕਹਿੰਦੀ ਆ ਉਹਦਾ ਪਿਓ ਉੱਥੇ ਹੁੰਦਾ ਉਹ ਕੁੜੀ ਕਹਿੰਦੀ ਵੀ ਇੱਥੇ ਕੋਈ ਭੂਤ ਹੈ ਗੋਸਟ ਹੈ ਇੱਥੇ ਵੀ ਮੈਨੂੰ ਕਹਿ ਰਿਹਾ ਹੈ ਬਾਰ ਬਾਰ ਵੀ ਕੁਝ ਦੱਸਣ ਦੀ ਕੋਸ਼ਿਸ਼ ਕਰ ਰਿਹਾ ਉਹ ਐਂਡ ਤੇ ਕਨਕਲੂਡ ਇਹ ਕਰਦੇ ਵੀ ਉਹੀ ਬੰਦਾ ਉਹ ਆਪਦੀ ਕੁੜੀ ਨੂੰ ਦੱਸ ਰਿਹਾ ਹੁੰਦਾ ਵੀ ਮੈਨੂੰ ਨਾ ਭੇਜ ਮੈਂ ਫਸ ਜਾਣਾ ਤੈਉ ਫਿਰ ਮੈਂ ਦੇਖੀ ਉਹ ਮੈਨੂੰ ਡਰ ਆ ਕਿ ਡਰ ਨਹੀਂ ਮਤਲਬ ਇੱਕ ਹੁੰਦਾ ਹੈ ਕਿ ਵੀਰ ਬੰਦਾ ਜੀ ਉੱਥੇ ਫਸ ਜੇ ਤਾਂ ਉਹਦੇ ਪੱਲੇ ਪੱਲੇ ਕੀ ਹੈ ਹੈ ਜਿਵੇਂ ਹੁਣ ਮਹਾਰਾਜ ਨੇ ਆਪਾਂ ਨੂੰ ਅਕਾਲ ਦੇ ਲੜ ਲਾਇਆ ਹੈ ਜਿਹੜਾ ਸਮੇਂ ਤੋਂ ਰਹਤ ਹੈ ਹਨਾ ਤੇ ਪਰ ਜਿਹੜਾ ਬੰਦਾ ਕਾਲ ਚ ਫਸ ਜੇ ਹੂੰ ਸਮੇਂ ਚ ਫਸਿਆ ਹੋਇਆ ਕਾਲ ਚਾਹੇ ਮਾਇਆ ਕਹਿ ਲੋ ਉਹੀ ਹੈ ਉਹ ਰਿਲੇਟ ਕਰ ਰਹੀ ਹੈ ਸਾਰੀ ਚੀਜ਼ ਮੈਨੂੰ ਦੋ ਚੀਜ਼ਾਂ ਇਹਨਾਂ ਚੀਜ਼ਾਂ ਚੱਲਦੇ ਆ ਸੀ ਘੁੰਮਣ ਫਿਰਨਦੇ ਇਹ ਤਾਂ ਕਮਾਲ ਆ ਯਾਰ ਮੈਨੂੰ ਘੁੰਮਣ ਫਿਰਨਦੇ ਆ ਤੁਹਾਨੂੰ ਬਹੁਤ ਸ਼ੌਂਕ ਆ ਮੈਨੂੰ ਪਤਾ ਮੈਂ ਤਾਂ ਤੰਗ ਕਰਦੇ ਆ ਕੀੜੇ ਬਹੁਤ ਘੁੰਮਣਾ ਵੈਸੇ ਮੈਂ ਨਾ ਹੁਣ ਭੱਜਣ ਲੱਗ ਗਿਆ ਪਹਿਲਾਂ ਤਾਂ ਮੈਂ ਉਹ ਟਰੈਕਿੰਗ ਵਰਗੇ ਉੱਥੇ ਤੇ ਭੱਜ ਗਿਆ ਕੁਦਦੇ ਉਹਨੇ ਜਿਹੜੇ ਸਾਈਕਲ ਵਾਲੇ ਉਹਨਾਂ ਨੇ 6 ਮਹੀਨੇ ਮੇਰੇ ਅਗੇ ਪਹਿਲਾਂ ਤਿਆਰੀ ਕੀਤੀ ਮੈਂ ਗਈ ਜਿੱਦਣ ਜਾਣੇਗਾ ਟਾਈਮ ਆ ਮੈਂ ਗਿਆ ਰਵੇ ਆਪਣੇ ਵਾਸਤੇ ਬਾਹਰ ਅੱਛਾ ਉਹ ਬਾਈ ਹੁਣ ਸਾਈਕਲ ਦੀ ਗਏ ਫਿਰ ਹਾਂ ਹਾਂ ਸਾਈਕਲ ਤੇ ਬਾਈ ਕੁਦਦੇ ਨੇ ਜਾ ਕੇ ਖਦੁੰਗਲਾ ਪਾਸ ਤੇ ਤੁਸੀਂ ਅੱਛਾ ਕਿੱਥੇ ਕਿੱਥੇ ਜਾ ਕੇ ਪੰਜਾਬ ਦੇ ਬਾ ਕਿੱਥਾ ਕਿਥੇ ਪਹਿਲਾਂ ਮੈਂ ਹਰ ਇੱਕ ਜਗ੍ਹਾ ਕਾਫੀ ਜਗ੍ਹਾ ਕੋ ਮੀ ਫਿਰ ਜਦੋਂ ਕੱਲੇ ਚਲੇ ਜਾ ਕੋਈ ਨਹੀਂ ਜੀ ਨਹੀਂ ਕਰਦਿਆਂ ਨਾਲ ਅੱਛਾ ਹਾਂਜੀ ਆਪਣੇ ਤੁਹਾਨੂੰ ਇਹ ਇਸੇ ਪਰ ਜਾਣਾ ਪੈਂਦਾ ਕੋਈ ਵੀ ਕੁਰਸੀ ਤੇ ਨਹੀਂ ਵੈਸੇ ਜਾਣਾ ਤੇ ਮੈਨੂੰ ਗੱਡੀ 'ਚ ਪੈਂਦਾ ਕਿਉਂਕਿ ਫਿਰ व्हीਲਚੇਅਰ ਮੈਨੂੰ ਨਾਲ ਰੱਖਣੀ ਪੈਂਦੀ ਹੈ ਹਾਂਜੀ ਕਿਉਂਕਿ ਉਸ ਤੋਂ ਬਿਨਾ ਫਿਰ ਮੈਨੂੰ ਔਖਾ ਹੋ ਜਾਣਾ ਹੁਣ ਅੱਛਾ ਇੱਕ ਕਵਿਤਾਵਾਂ ਦੀ ਕਿਤਾਬ ਥਾਰੀ ਤਿਆਰ ਹੈ ਹਾਂਜੀ ਕਹਾਣੀਆਂ ਕੀ ਛਾਪ ਲਈ ਹਾਂਜੀ ਪਾ ਜਿਹੜੇ ਛਾਪਣੇ ਵਾਲੇ ਪੈਸੇ ਲੈ ਕੇ ਛਾਪ ਰਹੇ ਮੁਫਤ ਛਾਪਦੰਨੇ ਨਹੀਂ ਜੀ ਮੁਫਤ ਤੇ ਕੋਈ ਨਹੀਂ ਛਾਪਦਾ ਪੈਸੇ ਦੇਈ ਨੇ ਇੱਕ ਹੋਗੇ ਸੀ ਕੁਝ ਬਾਹਰਲੇ ਉਹਨਾਂ ਨੇ ਜ਼ਰੂਰ ਇਸ ਵਾਰ ਕੰਟ੍ਰਿਬਿਊਟ ਕੀਤਾ ਹੈ ਹਾਂ ਜੀ ਮੋਤਾ ਸਿੰਘ ਸਰਾਏ ਮੋਤਾ ਸਿੰਘ ਸਰਾਏ ਅੱਛਾ ਭਾਈ ਮੋਤਾ ਸਿੰਘ ਸਰਾਏ ਜੀ ਆ ਵੀ ਸਾਥ ਆ ਹਾਂ ਉਹਨਾਂ ਨੇ ਹਾਂ ਜੀ ਉਹਨਾਂ ਤਾਂ ਮੇਰਾ ਬਹੁਤ ਹੋਏ ਪਿਆਰੇ ਬੰਦੇ ਬਹੁਤ ਕੋਈ ਹੋਰ ਸੁਣਾਓ ਜੀ ਅੱਪਾਰੇ ਬਾਤਾਂ ਹੀ ਕਰਨ ਆਏ ਆ ਮੈਂ ਤੁਹਾਨੂੰ ਛੋਟੇ ਛੋਟੇ ਸ਼ੇਅਰ ਸੁਣਾ ਦਿੰਨੀ ਆ ਇਹ ਲਿਖਦੇਗਾ ਮਤਲਬ ਕਿ ਰੋਜ਼ ਲਿਖ ਰਹੇ ਆ ਕਿ ਜਦੋਂ ਜੀ ਕਰਿਆ ਬਿਲਕੁਲ ਨਹੀਂ ਜੀ ਜਦੋਂ ਦਿਲ ਕਰਦਾ ਉਦੋਂ ਲਿਖਦੀ ਆ ਜੇ ਨਾ ਦਿਲ ਕਰੇ ਫੇਰ ਪੜ ਲੈਣੇ ਹੁੰਦੀ ਆ ਹਮ ਅਰਪਣ ਕਰ ਗਏ ਸੀਸ ਜੋ ਤੈਨੂੰ ਉਹੀ ਤਾਂ ਸਿਰਦਾਰ ਹੋਏ ਦਰਜ ਹੋ ਗਏ ਦਿਲਾਂ ਦੇ ਅੰਦਰ ਤੇ ਸਮਿਆਂ ਤੋਂ ਪਾਰ ਹੋਏ ਹਮ ਮੈਂ ਜ਼ਿੰਦਗੀ ਦੀ ਤਲੀ ਤੇ ਹੁਣ ਸਵਾਲ ਨਹੀਂ ਰੱਖਦਾ ਕੀ ਬਾਤ ਹੈ ਮੈਂ ਜ਼ਿੰਦਗੀ ਦੀ ਤਲੀ ਤੇ ਹੁਣ ਸਵਾਲ ਨਹੀਂ ਰੱਖਦਾ ਕਮਾਲ ਰੱਖਦਾ ਹਾਂ ਏ ਇਹ ਨਵਸਤੇ ਲਿਖਿਆ ਸੀ ਹੂੰ ਉਸ ਦੇ ਅੱਖ ਵਿੱਚ ਖਬਰੇ ਕਿਹੜਾ ਮੌਸਮ ਹੈ ਹਾਂ ਮਿੱਟੀ ਮੇਰੀ ਮੈਕਾ ਵੰਡਣ ਲੱਗਦੀ ਹੈ ਕੀ ਬਾਤ ਹੈ ਵਾਹ ਜੀ ਵਾਹ ਬਹੁਤ ਕਮਾਲ ਆਕੜ ਮਾਣ ਹੰਕਾਰ ਸਾਰੇ ਆਕੜ ਮਾਣ ਹੰਕਾਰ ਸਾਰੇ ਨੂੰ ਸੂਲੀ ਉੱਤੇ ਟੰਗਣਾ ਪੈਂਦਾ ਹੂੰ ਬੇਸ਼ੱਕ ਉੱਚਾ ਦਰ ਹੈ ਤੇਰਾ ਪਰ ਨੀਵੇਂ ਹੋ ਕੇ ਲੰਘਣਾ ਪੈਂਦਾ ਹੂੰ ਨਾ ਲਿਖੀਆਂ ਜਾਣ ਨਾ ਪੜੀਆਂ ਜੋ ਹੋਣ ਆਨੰਦ ਦੀਆਂ ਘੜੀਆਂ ਮੇਰਾ ਖਿਆਲ ਹੈ ਤਵੇਂ ਜਿੰਨਾ ਵੀ ਮੈਂ ਥਾਰੇ ਸ਼ੇਅਰ ਸੁਣ ਰਿਹਾ ਕਵਿਤਾ ਉਹ ਜਿਹੜਾ ਸਿੱਖ ਫਲਸਫਾ ਹੈ ਉਸਦੇ ਆਲੇ ਦਾਲੇ ਨੇ ਮੇਰੇ ਖਿਆਲ ਸ ਬਹੁਤ ਜ਼ਿਆਦਾ ਸਿੱਖੀ ਜਿਹੜੀ ਵਿਚਾਰਧਾਰਾ ਗਈ ਨੇੜੇ ਤੇੜੇ ਨਹੀਂ ਇਹ ਕੁਝ ਕਵਿਤਾਵਾਂ ਹੈਗੀਆਂ ਵੀ ਆ ਤੇ ਕੁਝ ਕਵਿਤਾਵਾਂ ਜਿਹੜੀਆਂ ਉਹ ਹੁਣ ਦੇ ਹਾਲਾਤਾਂ ਦੇ ਉੱਤੇ ਕੋਸ਼ਿਸ਼ ਇਹ ਰਹਿੰਦੀ ਹੈ ਕਿ ਨੇੜੇ ਪਹੁੰਚ ਸਕੀ ਹਾਂ ਹਾਂਜੀ ਬਿਲਕੁਲ ਕਿਦਕ ਉਹਦੇ ਵਿੱਚ ਜ਼ਿਆਦਾ ਖੁਸ਼ੀ ਮਹਿਸੂਸ ਹੁੰਦੀ ਹੈ ਜਦੋਂ ਅਸੀਂ ਆਪਣੇ ਆਪ ਨੂੰ ਪਰਮਾਤਮਾ ਦੇ ਨੇੜੇ ਸਮਝਦੇ ਹਾਂ ਇਹ ਜਿਹੜੀ ਕਿਤਾਬ ਆਈ ਤੁਹਾਨੂੰ ਕਹਾਣੀ ਵਾਲੀ ਕਿਤਾਬ ਹਾਂਜੀ ਕਿਤਾਬ ਆਣੇ ਦੇ ਬਾਅਦ ਕਿਵੇਂ ਮਹਿਸੂਸ ਹੋਇਆ ਮਤਲਬ ਕਿ ਲੱਗਦਾ ਵੀ ਲੇਖਕ ਚਾਹੁੰਦਾ ਇਹ ਕਿਤਾਬ ਛਪੇ ਲੋਕ ਪੜਨ ਜਾਂ ਆਪਣੇ ਆਪ ਵਿੱਚ ਲਿਖ ਕੇ ਬੰਦਾ ਪੜ ਕੇ ਖੁਸ਼ ਹੁੰਦਾ ਇਹ ਦੋਨੀਆਂ ਤਰ੍ਹਾਂ ਵਧੀਆ ਹੈ ਆਪਣੇ ਆਪ ਲਿਖ ਕੇ ਖੁਸ਼ ਹੋਣਾ ਤਾਂ ਚਲੋ ਉਹ ਤਾਂ ਫਿਰ ਨਿੱਜੀ ਹੋ ਗਿਆ ਨਾ ਹੂੰ ਪਰ ਫਿਰ ਇਦਾਂ ਸੀਗਾ ਕਿ ਇੰਨਾ ਸਰਲ ਤੇ ਇੰਨਾ ਛੋਟਾ-ਛੋਟੀਆਂ ਕਹਾਣੀਆਂ ਸਿਗੀਆਂ ਕਿ ਉਹ ਜਿਹੜੇ ਮਤਲਬ ਕਿ ਵਿਦਵਾਨ ਨੇ ਉਹਨਾਂ ਵਾਸਤੇ ਤਾਂ ਲਿਖੀਆਂ ਨਹੀਂ ਸੀਆਂ ਇਹ ਲਿਖੀਆਂ ਉਹਨਾਂ ਵਾਸਤੇ ਗਈਆਂ ਸੀਗੀਆਂ ਜਿਹੜੇ ਆਮ ਜਿੱਦਾਂ ਘਰ ਦੇ ਵਿੱਚ ਅਸੀਂ ਸੁਧਾਰਨ ਪਰਿਵਾਰਾਂ ਦੇ ਵਿੱਚੋਂ ਪੜੀਆਂ ਜਾ ਸਕਣ ਕਿਉਂਕਿ ਮੈਂ ਜਦੋਂ ਕਹਾਣੀ ਲਿਖਦੀ ਸੀ ਮੇਰੇ ਡੈਡੀ ਜੀ ਬਿਲਕੁਲ ਵੀ ਲਿਟਰੇਚਰ ਦੇ ਨਾਲ ਕੋਈ ਉਹਨਾਂ ਦਾ ਵਾਹ ਵਾਸਤਾ ਨਹੀਂ ਖੇਤੀਬਾੜੀ ਕਰਦੇ ਹਨ ਤੇ ਉਹਨਾਂ ਨੂੰ ਮੈਂ ਬਿਠਾ ਲੈਂਦੀ ਸੀ ਕੋਲ ਮੈਂ ਕਹਾਣੀ ਸੁਣਾ ਮੈਂ ਲਿਖੀ ਜਦੋਂ ਮੈਂ ਉਹਨਾਂ ਨੂੰ ਸੁਣਾਉਂਦੀ ਸੀ ਜੇ ਤਾਂ ਉਹ ਉੱਠ ਕੇ ਵਿਚੋਂ ਚੱਲ ਤੁਰ ਪਏ ਫਿਰ ਉਹ ਕਹਾਣੀ ਤੇ ਕਾਂਟਾ ਵੱਜ ਜਾਂਦਾ ਸੀਗਾ ਵੀ ਇਹ ਇੰਨਾ ਦਮ ਨਹੀਂ ਰੱਖਦੀ ਕਿ ਇਹ ਇੱਕ ਪਾਠਕ ਨੂੰ ਸਧਾਰਨ ਪਾਠਕ ਨੂੰ ਇਹ ਹਾਂਜੀ ਬਨ ਸਕੇ ਤੇ ਜੇ ਉਹਨਾਂ ਜੇ ਉਹ ਵਿੱਚ ਬੋਲ ਵੀ ਪੈਂਦੇ ਸੀ ਫਿਰ ਉਹਦੇ 'ਚ ਵੀ ਮੈਂ ਕਾਂਟਾ ਮਾਰ ਦਿੰਦੀ ਸੀ ਵੀ ਇਹਦੇ 'ਚ ਵੀ ਦਮ ਨਹੀਂ ਹੈਗਾ ਤੇ ਪਰ ਉਹੀ ਕਹਾਣੀਆਂ ਚੁਣੀਆਂ ਫਿਰ ਮੈਂ ਜਿਹੜੀਆਂ ਮੇਰੇ ਡੈਡੀ ਨੇ ਬਹਿ ਕੇ ਸੁਣੀਆਂ ਹਾਂ ਹਾਂਜੀ ਕੀ ਬਾਤ ਸੋ ਬਹੁਤ ਵਧੀਆ ਜੀ ਕੋਈ ਹੋਰ ਚੰਗਾੜਾ ਹੋਵੇ ਸੁਣਾ ਦਿਓ ਤੇ ਅੱਛਾ ਕੋਈ ਇਹੋ ਜੀ ਕਹਾਣੀ ਵੀ ਲਿਖੀ ਆ ਜਿਹਦੇ ਅਸਲ ਮਾ ਵਾਪਰੀ ਹੋਵੇ ਸਮ ਸ਼ਬਦ ਬਦਲਦੇ ਹੋਏ ਹਾਂਜੀ ਤਕਰੀਬਨ ਇਹਦੇ ਵਿੱਚ ਕਈ ਕਹਾਣੀਆਂ ਐ ਐਵੇਂ ਜੀਆਂ ਹੀ ਨੇ ਜੋ ਅਸਲ ਦੇ ਨੇੜੇ ਹੈਗੀਆਂ ਲੱਗਦੀਆਂ ਕਿ ਇਹ ਸਾਡੇ ਨੇੜੇ-ਤੇੜੇ ਵਾਪਰ ਗਿਆ ਜਿਵੇਂ ਕੋਈ ਰੌਲਾ ਪੈਣ ਤੋਂ ਵੀ ਕਿਸੇ ਦਾ ਨਾਮ ਆ ਜਾਂਦਾ ਅਗਲੇ ਕਹਿੰਦਾ ਮੇਰੀ ਜਿਵੇਂ ਮੈਂ ਲਿਖ ਤਿਆ ਪੰਗਾ ਛਿੜ ਗਿਆ ਤੇ ਬੰਦਾ ਮਤਲਬ ਕਿ ਬਦਲ ਦਿੰਦਾ ਉਹਨਾਂ ਨੂੰ ਨਾਮਾਂ ਥਾਵਾਂ ਨੂੰ ਤੇ ਲਿਖ ਦਿੰਦਾ ਤੇ ਮੈਂ ਉਦਾਂ ਦੀ ਗੱਲ ਸੋਚ ਰਿਆ ਤਾਂ ਚਲੋ ਖੈਰ ਬਹੁਤ ਵਧੀਆ ਜੀ ਤੇ ਮਾਨ ਹੈ ਤਾਂ ਜਿਹੀ ਥਾਰੀ ਬਾਤਾਂ ਸੁਣਨੀ ਤੀਆਂ ਵੀ ਇੱਕ ਵੱਖਰੀ ਕਹਾਣੀ ਏ ਥਾਰੀ ਜ਼ਿੰਦਗੀ ਦੀ ਅੱਛਾ ਇਹ ਲੜਾਈ ਹੋਣੀ ਤਾਂ ਸ਼ੁਰੂ ਹੋਈ ਇਹ ਲੜਾਈ ਮੈਂ ਕਹਿੰਦਾ ਚਾਰ ਸਾਲਾਂ ਚ ਸਟਾਰਟਿੰਗ ਸਟਾਰਟਿੰਗ ਜ਼ਰੂਰ ਹੋਈ ਏ ਕਿਉਂਕਿ ਦੋ ਫ੍ਰੀਕਵੈਂਸੀ ਜਦੋਂ ਭਿੜਦੀਆਂ ਹਨਾ ਨਾ ਤਾਂ ਆਪਸ ਵਿੱਚ ਫਿਰ ਸੈਟਲਡ ਹੁੰਦੀਆਂ ਉਹ ਅੱਛਾ ਇਹ ਬਾਬਾ ਜੀ ਵਾਲਾ ਕਿੱਥੇ ਤੇ ਕੱਢਿਆ ਵੀ ਬਾਬਾ ਜੀ ਇਹ ਪਤਾ ਨਹੀਂ ਸ਼ੁਰੂ ਤੋਂ ਹੀ ਅਸੀਂ ਇਦਾਂ ਹੀ ਇੱਕ ਦੂਜੇ ਨੂੰ ਬੁਲਾਉਂਦੇ ਆ ਅੱਛਾ ਬਾਬਾ ਜੀ ਬੰਦਾ ਕਹਿੰਦਾ ਹੁਣ ਵੀ ਇੱਥੇ ਬਾਬਾ ਸ਼ਾਇਦ ਘਰ 'ਚ ਫਿਰਦਾ ਕੋ ਬਾਬਾ ਪਰ ਹੁਣ ਗੱਲ ਤਾਂ ਐ ਬਾਈ ਹੁਣ ਦਾ ਬਾਬਾ ਵੀ ਨਹੀਂ ਹੁਣ ਤਾਂ ਦਾਦੂ ਹੈ ਹੁਣ ਤਾਂ ਘਰਾਂ ਜਾਓਗੇ ਤਾਂ ਦਾਦੂ ਆਗੇ ਮੈਂ ਦਾਦੂ ਆਗੇ ਬਾਬਾ ਆਂਦਾ ਹੀ ਨਹੀਂ ਹੁਣ ਬਾਬਾ ਹੈ ਹੀ ਨਹੀਂ ਬਿਲਕੁਲ ਸੋ ਸਾਡੇ ਤਾਂ ਬਾਬੇ ਮਾਸੀਆਂ ਚਾਚੀਆਂ ਤਾਈਆਂ ਮਾਮੀਆਂ ਭੈਣਾ ਹੂੰ ਸੋ ਖੋਕੇ ਲੈ ਗਏ ਹੁਣ ਭੈਣ ਤਾਂ ਹੈ ਨਹੀਂ ਦੀ ਦੀ ਦਦੀ ਦੀਦੂ ਬਣ ਗਏ ਦੀਦੂ ਬਣ ਗਏ ਠੀਕ ਹੈ ਸੋ ਬਹੁਤ ਵਧੀਆ ਬਈ ਆਨੰਦ ਆਇਆ ਥੰਨੇ ਮਾਨੂੰ ਜਲੇਬੀਆਂ ਖਲਾਈਆਂ ਬੜੀਆਂ ਕਰਾਰੀ ਤੀਆਂ ਪਹਿਲਾਂ ਵੀ ਬੱਤਾਂ ਕਰ ਰਹੇ ਤੇ ਸੋ ਜਿਹੜੇ ਬੰਨੇ ਜਲੇਬੀਆਂ ਜਲੂਬੀਆਂ ਖਿਲਾਵਾ ਉਹਨਾਂ ਕੋ ਵੈਸੇ ਮੈਨੂੰ ਬਹੁਤ ਚੰਗੇ ਲੱਗੇ। ਸੋ ਲੈ ਵੀ ਇਸ ਛੋਟੀ ਜਿਹੀ ਮੁਲਾਕਾਤ ਦਾ ਮਤਲਬ ਇਹ ਹੀ ਤਾਂ ਹੈ ਕਿ ਬੱਖਰੀ ਜ਼ਿੰਦਗੀ ਬਾਈ ਜਿਹਨੇ ਜੂਰੀਆਂ ਤੇ ਰਾਜਪੁਰ ਤੇ ਬਾਈ ਗੁਰਪ੍ਰੀਤ ਸਿੰਘ ਤੇ ਮੁਹਾਲੀ ਦੇ ਵਿੱਚੇ ਰਹਿ ਰਹੇ ਕਿਹੜੀ ਜਗ੍ਹਾ ਬਾਈ? ਇਹ ਹੈਗਾ ਖਰੜ ਜੀ ਖਰੜ ਦੇਸੂ ਮਾਜਰਾ। ਖਰੜ ਦੇਸੂ ਮਾਜਰਾ ਪਰ ਉਹਨਰੇ ਪਤਾ ਨਹੀਂ ਲੱਗਦਾ ਨਾ ਦੇਸੂ ਮਾਜਰਾ। ਹਾਂ ਪਾਰਸ ਪਨੋਰਮਾ। ਪਾਰਸ ਪਨੋਰਮਾ ਦੇਸੂ ਮਾਜਰੇ ਦਾ ਕੋਈ ਪਿੰਡ ਹੋਣਾ ਉਹ ਮਾਤਨਾ ਦੇ ਪਿੰਡ ਜਿਹੜੇ ਚੰਡੀਗੜ੍ਹ ਮਾ ਆ ਗਏ। ਸੋ ਜਿਨਨੇ ਨੇ ਮੱਝਬਨ ਸੁਣਿਆ ਮੇਰੇ ਖਿਆਲ ਨਾਲ ਕਿਉਂਕਿ ਬੰਦਾ ਅੱਜਕੱਲ ਟੀਵੀ ਨੇ ਫਿਲਮਾਂ ਨੇ ਜ਼ਿੰਦਗੀ ਦੇ ਨਕਲੀ ਬਣਾਤੇ ਕਿ ਅਸਲੀ ਜ਼ਿੰਦਗੀ ਤੇ ਬੰਦੇ ਭੱਜੇ ਫਿਰ ਰਹੇ ਸੋ ਬਸ ਐਨਾ ਹੀ ਬਹੁਤ ਹੈ ਜਿਉਂਦੇ ਰਹੋ ਰੱਬ ਰੱਖਾ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ